ਸਤਨਾਮ ਸ਼੍ਰੀ ਵਾਹੇ ਗੁਰੂ ਜੀ ਗੁਰੂ ਗਰੀਬ ਨਿਵਾਜ ਜੀਓ ਕਿਰਪਾ ਕਰ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰ ਕੋਈ ਮਾਟੀ ਕਾ ਕਿਆ ਤੁਪੈ ਸੁਆਮੀ ਮਾਨਸ ਕੀ ਗਾਤੇ ਇਹੀ ਹਮ ਮੇਲੇ ਤੁਮ ਉਜਲ ਕਰਤੇ ਹਮ ਨਿਰਗੁਨਾ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਜੀਓ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੀ ਨਜ਼ਰ ਕਰੀ ਮੇਰਾ ਵਾਲਿਆ ਤੇਰੇ ਚਰਨਾਂ 'ਚ ਖੜ ਕੇ ਹਿਆੜ ਕੇ ਮੇਰੇ ਦੀ ਨਜ਼ਰ ਕਰੀ ਮੇਰਾ ਵਾਲਿਆ ਤੇਰੇ ਚਰਨਾਂ 'ਚ ਖੜ ਕੇ ਹਿਆੜ ਕੇ Thank you.
ਰੱਖ ਲੈਣ ਜੀ ਗਰੀਬ ਜਾਣ ਕੇ, ਮੇਰ ਦੀ ਨਜ਼ਰ ਕਰੀ ਮੇਰਾ ਵਾਲਿਆ ਤੇਰੇ ਚਰਨਾਂ ਚ ਖੜ ਗਏ ਆਣ ਕੇ, ਮੇਰ ਦੀ ਨਜ਼ਰ ਕਰੀ ਮੇਰਾ ਵਾਲਿਆ ਤੇਰੇ ਚਰਨਾਂ ਚ ਖੜ ਗਏ ਆਣ ਕੇ। Thank you.
ਮਾਣ ਆਦਿ ਝੋਲੀ ਵਿੱਚ ਮਾਣ ਪਾ ਦਿਓ ਗੁਣ ਦੇਵੋ ਸਾਰੇ ਔਗਣ ਮਕਾ ਦਿਓ ਛੋਟੀ ਪਾਤਸ਼ਾਹ ਤੇਰੇ ਦਰਬਾਰ ਅੰਦਰ ਲੱਖਾਂ ਸੰਗਤਾਂ ਸੀਸੇ ਨਵਾਉਂਦੀਆਂ ਨੇ ਜਿਸ ਦਾ ਕੋਈ ਸਹਾਰਾ ਨਾ ਜੱਗ ਉੱਤੇ ਉਹ ਤਾਂ ਆਸਰਾ ਤੇਰਾ ਤਕਾਉਂਦੀਆਂ ਨੇ ਤੇਰੇ ਅੰਮ੍ਰਿਤ ਸਰੋਵਰ ਵਿੱਚ ਨਾ ਮੁਰਾਦ ਜੇ ਦੁੱਖ ਗਵਾਉਂਦੀਆਂ ਨੇ ਮਲਕੀਤ ਸਿੰਘ ਨੂੰ ਸਦਾ ਤੂੰ ਮਾਣ ਦੇਵੇਂ ਤਾਈਓ ਸੰਗਤਾਂ ਵੀ ਤੇਰੇ ਗੁਣ ਗਾਉਂਦੀਆਂ ਨੇ ਮਾਣ ਪਾ ਦਿਓ ਗੁਣ ਦੇਵ ਸਾਰੇ ਔਗਣ ਮਕਾ ਦਿਓ ਨਿਮਾਣੀਆਂ ਦੀ ਝੋਲੀ ਵਿੱਚ ਮਾਣ ਪਾ ਦਿਓ ਗੁਣ ਦੇਵ ਸਾਰੇ ਔਗਣ ਮਕਾ ਦਿਓ ਹੱਥ ਜੋੜ ਨੂਰ ਪੂਰੀ ਕਰੇ ਬੇਨਤੀ ਤਰ ਜਾਈਏ ਤੇਰੀ ਮਹਿਮਾ ਨੂੰ ਬਿਆਨ ਕੇ ਮੇਰਤੀ ਨਜ਼ਰ ਕਰੀ ਮੇਰਾ ਵਾਲਿਆ ਤੇਰੇ ਚਰਨਾਂ 'ਚ ਖੜ ਕੇ ਹੈ ਆਣ ਕੇ ਮੇਰਤੀ ਨਜ਼ਰ ਕਰੀ ਮੇਰਾ ਵਾਲਿਆ ਤੇਰੇ ਚਰਨਾਂ 'ਚ ਖੜ ਕੇ ਆਣ ਕੇ ਤੇਰੇ ਚਰਨਾਂ 'ਚ ਖੜ ਕੇ ਹੈ ਆਣ ਕੇ ਤੇਰੇ ਚਰਨਾਂ 'ਚ ਖੜ ਕੇ ਹੈ ਆਣ ਕੇ ਪੜ੍ਹ ਵੇਖੇ ਸ਼ਾਸਤਰ ਦੁਨੀਆਂ ਦੇ ਗੁਰੂ ਗ੍ਰੰਥ ਜਿਹਾ ਕੋਈ ਲੱਭਦਾ ਨਹੀਂ ਭਗਤਾਂ ਦੀ ਬਾਣੀ ਦਰਜ ਕੀਤੀ ਹੰਕਾਰੀ ਦਾ ਨਾਂ ਫੱਬਦਾ ਨਹੀਂ ਇਹ ਕਾਗਜ਼ ਨਹੀਂ ਹਨ ਗੁਰਸਿੱਖੋ ਅੱਖਰ ਨੇ ਰਮਜਾਂ ਕੁੱਝੀਆਂ ਨੇ ਜੋ ਤਨ ਮਨ ਇਸ ਤੋਂ ਵਾਰ ਦਿੰਦੇ ਉਹਨਾਂ ਦੀਆਂ ਆਸਾਂ ਪੁੱਜੀਆਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਸਮਰਪਿਤ ਹੋਣ ਵਾਲਿਆਂ ਦੀਆਂ ਆਸਾਂ ਭਲਾ ਪੁੱਜਣ ਵੀ ਕਿਉਂ ਨਾ ਸੰਗਤ ਦੀ ਜੇ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਬਾਹਰੀ ਦਰਸ਼ਨ ਕਰੀਏ ਤੇ ਵੇਖਣ ਨੂੰ ਲੱਗਦਾ ਹੈ ਕਾਗਜ਼ਾਂ ਉੱਤੇ ਕੁਝ ਅੱਖਰ ਲਿਖੇ ਨੇ ਪਰ ਨਾ ਇਹ ਕਾਗਜ਼ ਮਾਮੂਲੀ ਨੇ ਤੇ ਨਾ ਇਹ ਅੱਖਰ ਮਾਮੂਲੀ ਨੇ ਸੱਚ ਇਹ ਹੈ ਭਾਈ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਅੰਦਰ ਅਤੇ ਅਕਾਲ ਪੁਰਖ ਵਾਹਿਗੁਰੂ ਅੰਦਰ ਰਤਾ ਪਰ ਫਰਕ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਖਸ਼ਾਤ ਰੱਬ ਹਨ ਜੇ ਕਿਸੇ ਦੇ ਮਨ ਅੰਦਰ ਇਹ ਇੱਛਾ ਹੋਵੇ ਅਣਡਿੱਠਾ ਰੱਬ ਜੀ ਦੇ ਬਾਰੇ ਬਹੁਤ ਕੁਝ ਸੁਣੀਦਾ ਪਰ ਰੱਬ ਜੀ ਦੇ ਕਦੇ ਦਰਸ਼ਨ ਨਹੀਂ ਕੀਤੇ ਕਰਨ ਦੀ ਇੱਛਾ ਰੱਖਦਾ ਹੈ
ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰੇ ਅਤੇ ਵਿਸ਼ਵਾਸ ਰੱਖੇ ਮੈਂ ਰੱਬ ਜੀ ਦੇ ਦਰਸ਼ਨ ਕੀਤੇ ਤਾਂ ਬਿਲਕੁਲ ਸੱਚ ਹੈ। ਜੇ ਕਿਸੇ ਦੇ ਮਨ ਅੰਦਰ ਇਹ ਇੱਛਾ ਹੋਵੇ ਮੈਂ ਰੱਬ ਜੀ ਨਾਲ ਗੱਲਾਂ ਕਰਨੀਆਂ, ਉਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਪੜ੍ਹ ਲਵੇ, ਮਨ ਵਿੱਚ ਵਿਸ਼ਵਾਸ ਰੱਖੇ ਮੈਂ ਰੱਬ ਜੀ ਨਾਲ ਗੱਲਾਂ ਕਰ ਰਿਹਾ ਹਾਂ ਅਤੇ ਕੋਈ ਅਤਿਕਥਨੀ ਨਹੀਂ, ਸੱਚ ਹੈ। ਜੇ ਕਿਸੇ ਦੇ ਮਨ ਅੰਦਰ ਇਹ ਖਿਆਲ ਹੋਵੇ ਮੈਂ ਰੱਬ ਜੀ ਦੀ ਗੋਦ ਵਿੱਚ ਬਹਿ ਕੇ ਵੇਖਣਾ ਹੈ, ਰੱਬ ਜੀ ਦੇ ਕੋਲ ਬਹਿ ਕੇ ਵੇਖਣਾ ਹੈ, ਰੱਬ ਜੀ ਦੇ ਨਾਲ ਬਹਿ ਕੇ ਵੇਖਣਾ ਹੈ, ਜਿਵੇਂ ਫਿਰ ਤੁਸੀਂ ਬੈਠੇ ਹੋ ਨਾ, ਮਨ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਬਹਿ ਕੇ ਵਿਸ਼ਵਾਸ ਰੱਖੇ ਮੈਂ ਰੱਬ ਦੀ ਗੋਦ 'ਚ ਬੈਠਾ ਅਤੇ ਕੋਈ ਅਤਿਕਥਨੀ ਨਹੀਂ, ਸੱਚ ਹੈ। ਮੈਂ ਨਹੀਂ ਕਹਿੰਦਾ, ਮੇਰੇ ਸਤਿਗੁਰੂ ਜੀ ਪਾਵਨ ਬਾਣੀ ਅੰਦਰ ਕਹਿੰਦੇ ਨੇ, ਸਾਹਿਬ ਫਰਮਾਉਂਦੇ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਾਵਰ ਨਾ ਕੋਈ, ਬਾਣੀ ਹੀ ਨਿਰੰਕਾਰ ਹੈ, ਬਾਣੀ ਹੀ ਰੱਬ ਹੈ, ਬਾਣੀ ਹੀ ਅਕਾਲ ਪੁਰਖ ਹੈ, ਬਾਣੀ ਹੀ ਵਾਹਿਗੁਰੂ ਹੈ। ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ। ਇਹ ਕਾਗਜ਼ ਨਹੀਂ ਹਨ ਗੁਰਸਿੱਖੋ, ਅੱਖਰ ਨਹੀਂ ਰਵੰਜਾ ਗੁੱਝੀਆਂ ਨੇ, ਜੋ ਤਨ ਮਨ ਇਸ ਤੋਂ ਵਾਰ ਦਿੰਦੇ ਉਹਨਾਂ ਦੀਆਂ ਆਸਾਂ ਪੁੱਜੀਆਂ ਨੇ। ਵੇਖਿਆ ਮੈਂ ਸਾਰੀ ਦੁਨੀਆ 'ਤੇ ਸਾਰੇ ਹੀ ਇਸ ਨੂੰ ਗਾਉਂਦੇ ਨੇ, ਜਿਨ੍ਹਾਂ ਦੇ ਸਿਰ 'ਤੇ ਛੱਤਰ ਝੁੱਲੇ ਉਹ ਵੀ ਇਸੇ ਨੂੰ ਸੀਸ ਚੁਕਾਉਂਦੇ ਨੇ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਗੋਦ ਦੇ ਅੰਦਰ ਅਮਰ ਸ਼ਹੀਦ ਅਤੇ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਹੈ। ਜੋੜ ਮੇਲੇ ਦੇ ਸੰਬੰਧ ਦੇ ਅੰਦਰ ਹੈ, ਦੀਵਾਨ ਦੀ ਹਾਜ਼ਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ ਫਤਿਹ ਦੇ ਸਿਮਰਨ ਦੇ ਨਾਲ ਆਪ ਜੀ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਆਸ਼ੀਰਵਾਦ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹਿ ਜਾਏ। ਜਰਾ ਪਿਆਰ ਵਿੱਚ ਆਓ ਅਤੇ ਬੁਲੰਦ ਆਵਾਜ਼ ਵਿੱਚ ਆਖੋ, ਪਿਆਰੇ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਯਤ ਕੀਤਾ ਹੋਇਆ ਸਮਾਂ ਆਪ ਜੀ ਨੇ ਸਰਵਣ ਕਰ ਲਏ। ਲਗਭਗ ਡੇਢ ਕੁ ਵਜੇ ਤੱਕ ਸਟੇਜ ਦੇ ਜ਼ਿੰਮੇਵਾਰ ਵੀਰਾਂ ਵੱਲੋਂ ਆਪ ਜੀ ਦੇ ਦਰਸ਼ਨ ਕਰਨ ਲਈ ਆਪ ਜੀ ਨਾਲ ਕੁਝ ਗੁਰਮਤਿ ਅਤੇ ਕੁਝ ਇਤਿਹਾਸਿਕ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਹੁਕਮ ਲੱਗਾ ਹੈ। ਜਿੱਥੇ ਅੱਜ ਦਾ ਦੀਵਾਨ ਹੈ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਨੂੰ ਸਮਰਪਿਤ ਹੈ, ਉੱਥੇ ਅੱਜ ਦਾ ਬੜਾ ਪਵਿੱਤਰ ਦਿਹਾੜਾ ਹੈ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਹੈ, ਪਹਿਲਾ ਪ੍ਰਕਾਸ਼ ਦਿਹਾੜਾ। ਦਾਸ ਆਪਣੇ ਢਾਡੀ ਜਥੇ ਵੱਲੋਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਭੇਟ ਕਰਦਾ ਹੈ ਅਤੇ ਪ੍ਰਵਾਨ ਕਰਦੇ ਹੋਏ ਇੱਕ ਵਾਰ ਸਾਰੀ ਸੰਗਤ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਜੋਤੀ ਜੋਤ ਪੁਰਬ ਹੈ, 450 ਸਾਲਾ ਕੌਮ ਬੜੇ ਉਤਸ਼ਾਹ ਪਿਆਰ ਅਤੇ ਸ਼ਰਧਾ ਨਾਲ ਮਨਾ ਰਹੀ। ਹਰ ਪਿੰਡ ਅੰਦਰ ਹਰ ਘਰ ਅੰਦਰ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸ਼ਤਾਬਦੀ ਦੀਆਂ ਗੱਲਾਂ ਹੋ ਰਹੀਆਂ। ਗੋਇੰਦਵਾਲ ਸਾਹਿਬ ਦੀ ਪਾਵਨ ਸਥਾਨ ਉੱਤੇ ਮੇਰੇ ਗਰੀਬ ਨਿਵਾਜ਼ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਪੁਰਬ ਦੇ ਸੰਬੰਧ ਦੇ ਅੰਦਰ ਸ਼ਤਾਬਦੀ ਮਨਾਈ ਜਾ ਰਹੀ।
ਤੇ ਮੈਂ ਵਿਚਾਰ ਕਰ ਰਿਹਾ ਸਾਂ ਅੱਜ ਦਾ ਦੀਵਾਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਜੀਵਨ ਨੂੰ ਸਮਰਪਿਤ ਕਰਕੇ ਹਾਜ਼ਰੀ ਭਰ ਲੈਣੀ ਚਾਹੀਦੀ। ਸਾਹਿਬ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੇ ਹਰ ਪ੍ਰੀਖਿਆ ਵਿੱਚ ਪਾਸ ਹੋਏ। ਬਾਬਾ ਅਮਰਦਾਸ ਜੀ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਗੁਰਗੱਦੀ ਦੀ ਉੱਤਰਾਧਿਕਾਰੀ ਦੀ ਚੋਣ ਕਰਕੇ ਐਲਾਨ ਕਰ ਦਿੱਤਾ, ਆਉਣ ਵਾਲੇ ਗੁਰੂ ਬਾਬਾ ਅਮਰਦਾਸ ਗੁਰੂ ਅਮਰਦਾਸ ਦੇ ਰੂਪ ਵਿੱਚ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਸੰਗਤ ਦੀ ਅਗਵਾਈ ਕਰਨਗੇ 3 ਮਹੀਨੇ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਚੋਣ ਕਰਨ ਤੋਂ ਉਪਰੰਤ ਸਰੀਰ ਕਰਕੇ ਸੰਸਾਰ ਵਿੱਚ ਰਹਿ, ਉਹਨਾਂ ਚਿਰ ਤੱਕ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਗੱਦੀ ਉੱਤੇ ਨਹੀਂ ਬੈਠੇ ਜਿੰਨਾ ਚਿਰ ਤੱਕ ਗੁਰੂ ਅੰਗਦ ਦੇਵ ਪਾਤਸ਼ਾਹ ਸਰੀਰ ਕਰਕੇ ਸੰਸਾਰ ਵਿੱਚ ਨੇ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾ ਗਏ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਉਸੇ ਦਿਨ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਉੱਤੇ ਪਹੁੰਚ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਗੁਰਗੱਦੀ ਉੱਤੇ ਸਬਾਏਮਾਨ ਕੀਤਾ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ 3ਜਾ ਸਰੂਪ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਗੁਰਗੱਦੀ ਉੱਤੇ ਬਿਰਾਜਮਾਨ ਹੋ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਜਿਵੇਂ ਨਿਭਾ ਰਹੇ ਨੇ, ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਜਿਵੇਂ ਭਾਗ ਲੱਗ ਰਿਹਾ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਸਾ ਧਰਤ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪੈ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਗੁਰੂ ਦੀਆਂ ਸੰਗਤਾਂ ਕਿਵੇਂ ਹਾਜ਼ਰੀਆਂ ਭਰਦੀਆਂ, ਸਤਿਗੁਰੂ ਪਾਤਸ਼ਾਹ ਮਹਾਰਾਜ ਆਈਆਂ ਸੰਗਤਾਂ ਨੂੰ ਉਪਦੇਸ਼ ਕੀ ਦਿੰਦੇ ਨੇ, ਗੁਰਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਹਿਰਦਿਆਂ ਨੂੰ ਸ਼ਾਂਤੀ ਕਿਵੇਂ ਮਿਲਦੀ ਹੈ, ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਉੱਤੇ ਰੌਣਕਾਂ ਕੀ ਲੱਗੀਆਂ, ਉਹਨਾਂ ਰੌਣਕਾਂ ਦਾ ਵੇਰਵਾ ਆਪ ਜੀ ਦੀ ਸੇਵਾ ਵਿੱਚ ਢੰਡ ਦਾ ਢਾਡੀ ਜਥਾ ਇਉਂ ਬਿਨੇ ਕਰਦਾ।
ਉਹ ਗੋਂਦਵਾਲ ਵਿੱਚ ਸਤਿਗੁਰੂ ਤੇ ਬੈਠੇ ਡੇਰਾ ਲਾ ਉਹ ਗੋਂਦਵਾਲ ਵਿੱਚ ਸਤਿਗੁਰੂ ਤੇ ਬੈਠੇ ਡੇਰਾ ਲਾ ਕਰਦੀ ਚਰਨ ਮੁਬਾਰਕ ਪਾ
ਚਰਨ ਮੁਬਾਰਕ ਪਾ ਕਰ ਦਿੱਤੀ ਚਰਨ ਮੁਬਾਰਕ ਪਾ ਮੈਂ ਤਰਤ ਸੁਹਾ ਵੀ ਕਰ ਦਿੱਤੀ ਚਰਨ ਮੁਬਾਰਕ ਪਾ ਹਰ ਪੱਖ ਖੁਸ਼ੀਆਂ ਦੌੜੀਆਂ ਤੋਟ ਰਹੀ ਨਾ ਤਾਂ ਆਉਣ ਜਾ ਸਤਿਗੁਰੂ ਰਹਿ ਨੇ ਕਿਹੜੇ ਮਕਾਨ ਸਾਹਿਬ ਦੀ ਪਾਵਨ ਧਰਤੀ ਉੱਤੇ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਦੋ ਸਪੁੱਤਰ ਨੇ ਬਾਬਾ ਦਾਸੂ ਜੀ ਅਤੇ ਬਾਬਾ ਦਾਤੂ ਜੀ।
ਅਸਲ ਵਿੱਚ ਇਹ ਦੋਵੇਂ ਗੁਰਗੱਦੀ ਦੇ ਚਾਹਵਾਨ ਸਨ। ਬਾਬਾ ਦਾਸੂ ਵੀ ਚਾਹੁੰਦਾ ਮੈਨੂੰ ਮਿਲਦਾ ਅਤੇ ਬਾਬਾ ਦਾਤੂ ਵੀ ਚਾਹੁੰਦਾ ਮੈਨੂੰ ਮਿਲਦਾ, ਪਰ ਮਾਤਾ ਖੀਵੀ ਜੀ ਨੇ ਅਤੇ ਕੁਝ ਮੁਖੀ ਸਿੱਖਾਂ ਨੇ ਬਾਬਾ ਦਾਸੂ ਜੀ ਨੂੰ ਇਸੇ ਤਰੀਕੇ ਨਾਲ ਸਮਝਾਇਆ, ਸਮਝ ਗਿਆ ਵੀ ਮੈਂ ਗੁਰੂ ਬਣਨ ਦੇ ਯੋਗ ਨਹੀਂ। ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ 5 ਪੈਸੇ ਅਤੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਮੱਥਾ ਟੇਕਿਆ, ਗੁਰਸਿੱਖਾਂ ਨੇ ਸੰਗਤ ਨੇ ਮੱਥਾ ਟੇਕਿਆ ਅਤੇ ਬਾਬਾ ਦਾਸੂ ਜੀ ਨੇ ਵੀ ਮੱਥਾ ਟੇਕਿਆ, ਪਰ ਬਾਬਾ ਦਾਤੂ ਨੇ ਮੱਥਾ ਨਾ ਟੇਕਿਆ, ਗੁਰੂ ਨਾ ਮੰਨਿਆ। ਇਹਦੇ ਮਨ ਅੰਦਰ ਇਹਦੇ ਮੰਦੀ ਸਲਾਹ ਰੱਖਣ ਵਾਲੇ ਯਾਰਾਂ ਨੇ ਸੱਜਣਾ ਨੇ ਭਰ ਦਿੱਤਾ ਸੀ ਵੀ ਗੁਰੂ ਦਾ ਪੁੱਤ ਹੈ, ਗੁਰੂ ਦੀ ਗੱਦੀ ਦਾ ਵਾਰਸ ਹੋ ਸਕਦਾ, ਮਾਲਕ ਹੋ ਸਕਦਾ, ਨੌਕਰ ਨਹੀਂ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦਾ ਤੂੰ ਪੁੱਤ ਹੈ ਅਤੇ ਇਸ ਕਰਕੇ ਤੈਨੂੰ ਗੁਰੂ ਬਣਨਾ ਚਾਹੀਦਾ। ਇਹ ਆਇਆ ਵਿਰੋਧੀਆਂ ਦੀ ਚੁੱਕਣਾ ਵਿੱਚ, ਇਹਨੇ ਖਡੂਰ ਸਾਹਿਬ ਦੀ ਧਰਤੀ ਉੱਤੇ ਆਪਣੇ ਆਪ ਨੂੰ ਗੁਰੂ ਹੋਣ ਦਾ ਐਲਾਨ ਕਰ ਦਿੱਤਾ ਅਤੇ ਆਪ ਗੱਦੀ ਲਾ ਕੇ ਬਹਿ ਗਿਆ। ਜੇ ਇਹ ਗੱਲ ਕਹਿ ਲਈ ਜਾਏ ਵੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਤੋਂ ਬਾਅਦ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਦੋ ਗੁਰੂ ਬਣ ਗਏ, ਇੱਕ ਅਸਲੀ ਸੱਚਾ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅਤੇ ਦੂਜਾ ਨਕਲੀ ਗੁਰੂ ਬਾਬਾ ਦਾਤੂ। ਅੱਜ ਵਰਗਾ ਮੀਡੀਆ ਦਾ ਸਾਧਨ ਨਹੀਂ ਸੀ, ਅੱਜ ਵਰਗੂ ਪ੍ਰਚਾਰ ਸੰਚਾਰ ਨਹੀਂ ਸੀ ਹੁੰਦਾ। ਗੁਰੂ ਕੀਆਂ ਸੰਗਤਾਂ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ ਵੀ ਗੁਰੂ ਨਾਨਕ ਦੀ ਨਿਰੰਕਾਰੀ ਜੋਤ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਸਰੂਪ ਅੰਦਰ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੀ ਹੈ, ਦੂਰ ਦੁਰਾਡੇ ਤੋਂ ਸੰਗਤਾਂ ਆਉਂਦੀਆਂ ਅਤੇ ਖਡੂਰ ਸਾਹਿਬ ਪਹੁੰਚਦੀਆਂ, ਜਦੋਂ ਆ ਕੇ ਖਬਰ ਮਿਲਦੀ ਪਤਾ ਲੱਗਦਾ ਵੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾ ਗਏ ਅਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਗੱਦੀ ਦੇ ਵਾਰਸ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬੈਠੇ ਨੇ। ਬੇਸ਼ੱਕ ਬਾਬਾ ਦਾਤੂ ਗੁਰੂ ਹੋਣ ਦਾ ਐਲਾਨ ਕਰਕੇ ਗੱਦੀ ਲਾ ਕੇ ਬਹਿੰਦਾ ਹੈ, ਪਰ ਆਈ ਸੰਗਤ ਹੈ ਬਾਬੇ ਦਾਤੂ ਨੂੰ ਦਰਸ਼ਨ ਵੀ ਨਹੀਂ ਕਰਦੀ, ਉਹਨੂੰ ਕੋਈ ਭੇਟਾ ਵੀ ਨਹੀਂ ਚੜ੍ਹਾਉਂਦੀ, ਉਹਨੂੰ ਮਿਲਦੀ ਵੀ ਨਹੀਂ, ਅਤੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਪਹੁੰਚ ਜਾਂਦੀ। ਇੱਕ ਦਿਨ ਬਾਬੇ ਦਾਤੂ ਦੇ ਸਲਾਹਕਾਰਾਂ ਵਿੱਚੋਂ ਇੱਕ ਸਲਾਹਕਾਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਦਰਸ਼ਨ ਕਰਕੇ ਆਇਆ। ਉਹਨੇ ਵੇਖਿਆ ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਨਹੀਂ, ਸੈਂਕੜੇ ਨਹੀਂ, ਲੱਖਾਂ ਲੋਕ ਧੰਨ ਗੁਰੂ ਅੰਗਦ ਦੇ ਪਾਸ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਤੇ ਜੀਵਨ ਸਫਲਾ ਕਰ ਰਹੀਆਂ। ਗੁਰਦੇਵ ਪਾਤਸ਼ਾਹ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਭੇਟਾਵਾਂ ਦੇ ਢੇਰ ਲੱਗੇ ਪਏ ਨੇ। ਉਹ ਆਇਆ, ਉਹਨੇ ਆ ਕੇ ਬਾਬੇ ਦਾਤੂ ਨੂੰ ਆਖਿਆ, ਓਏ ਦਾਤੂ, ਗੁਰੂ ਤਾਂ ਤੂੰ ਬਣਿਆ ਹੈ, ਪਰ ਤੂੰ ਇੱਥੇ ਆ ਬੈਠਾ ਗੁਰੂ ਬਣ ਕੇ ਉਡੀਕਦਾ ਰਹਿੰਦਾ, ਕਦੋਂ ਕੋਈ ਤੈਨੂੰ ਆ ਕੇ ਮੱਥਾ ਟੇਕੇ, ਪਰ ਤੇਰੇ ਦਰਬਾਰ 'ਚ ਆਉਂਦਾ ਹੀ ਕੋਈ ਨਹੀਂ, ਜਾ ਕੇ ਵੇਖ। ਉਹ ਤੁਹਾਡੇ ਘਰ ਦਾ ਸੇਵਾਦਾਰ ਖਵਾਉਣ ਵਾਲਾ, ਤੁਹਾਡੇ ਘਰ ਦੀ ਚਾਕਰੀ ਕਰਨ ਵਾਲਾ ਅਮਰਦਾਸ ਗੋਇੰਦਵਾਲ ਧਰਤੀ 'ਤੇ ਗੁਰੂ ਬਣ ਕੇ ਬੈਠਾ ਹੈ ਅਤੇ ਲੋਕਾਂ ਦੀ ਗਿਣਤੀ ਦਾ ਪਤਾ ਹੀ ਨਹੀਂ ਲੱਗਦਾ, ਇੱਕ ਵਾਰੀ ਜਾ ਕੇ ਵੇਖਦੇ ਸਹੀ। ਈਰਖਾ ਦਾ ਭਰਿਆ ਹੋਇਆ ਦਾਤੂ ਖਡੂਰ ਸਾਹਿਬ ਤੋਂ ਤੁਰਿਆ, ਖੱਚਰ ਲੈ ਕੇ ਖੱਚਰ 'ਤੇ ਸਵਾਰ ਹੋਇਆ, ਕੁਝ ਮੰਦੀ ਸਲਾਹ ਰੱਖਣ ਵਾਲੇ ਸਲਾਹਕਾਰਾਂ ਨੂੰ ਨਾਲ ਲੈ ਲਿਆ। ਇਹ ਆਇਆ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਉੱਤੇ, ਗੋਇੰਦਵਾਲ ਸਾਹਿਬ ਦੇ ਪਵਿੱਤਰ ਅਸਥਾਨ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਦਰਬਾਰ ਲੱਗਾ। ਠੀਕ ਐਵੇਂ ਜਿਵੇਂ ਅੱਜ ਦੇ ਦਰਬਾਰ ਦੀ ਅਗਵਾਈ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਖ਼ਤ 'ਤੇ ਸੁਭਾਏਮਾਨ ਹੋ ਕੇ ਕਰ ਰਹੇ।
ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਚਿੱਟਾ ਸਫੈਦ ਦੁੱਧ ਧੋਤਾ ਦਾੜਾ, ਚਿੱਟਾ ਦਸਤਾਰਾ ਸੀਸ ਉੱਤੇ ਸੱਜਿਆ ਹੋਇਆ ਤੇ ਚਿੱਟੇ ਬਸਤਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨੂਰੀ ਚਿਹਰੇ ਦੇ ਦਰਸ਼ਨ ਕਰਕੇ ਸੰਗਤਾਂ ਤ੍ਰਿਪਤ ਹੋ ਰਹੀਆਂ ਸਨ। ਗੁਰਦੇਵ ਪਾਤਸ਼ਾਹ ਮਹਾਰਾਜ ਦੇ ਨੇਤਰਾਂ ਦੀ ਜੋਤ ਹੈ, ਸੰਸਾਰ ਦੇ ਲੋਕਾਂ ਦੇ ਹਿਰਦਿਆਂ ਦੀ ਬੁੱਝੀ ਹੋਈ ਜੋਤ ਨੂੰ ਉਜਾਗਰ ਕਰ ਰਹੇ ਸਨ, ਨਵਾਂ ਜੀਵਨ ਬਖਸ਼ਿਸ਼ ਕਰ ਰਹੇ ਸਨ। ਆਇਆ ਬਾਬਾ ਦਾਤੂ, ਵੇਖੀ ਗੁਰੂ ਕੀ ਦਰਬਾਰ ਦੀ ਰੌਣਕ ਹੈ। ਅੰਦਰੋਂ ਈਰਖਾ ਨੇ ਆਵਾਜ਼ ਦਿੱਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਨਹੀਂ ਕੀਤੀ, ਸਾਹਮਣੇ ਖਲੋ ਕੇ ਇੱਕ ਵਾਰ ਗੁਰਦੇਵ ਦੇ ਵੱਲ ਤੱਕਿਆ। ਫਿਰ ਵੇਖਣ ਨੂੰ ਲੱਗਦਾ ਵੀ ਜਿਵੇਂ ਪਰਿਕਰਮਾ ਕਰਨ ਵਾਸਤੇ ਬਾਬਾ ਦਾਤੂ ਗੁਰਦੇਵ ਦੇ ਪਰਿਕਰਮਾ ਕਰਨ ਲੱਗਾ ਪਿੱਛੇ ਹੋਇਆ, ਪਰ ਈਰਖਾ ਦਾ ਭਰਿਆ ਹੋਇਆ ਦਾਤੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਿਛਲੇ ਪਾਸੇ ਆਇਆ। ਇਹਨੇ ਖਲੋ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀਆਂ ਮੌਰਾਂ ਵਿੱਚ ਜ਼ੋਰ ਦੇ ਕੇ ਲੱਤ ਜਿਵੇਂ ਮਾਰੀ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤਖ਼ਤ ਉੱਤੋਂ ਜ਼ਮੀਨ ਉੱਤੇ ਜਿਵੇਂ ਡਿੱਗ ਪਏ। ਉਸ ਵਕਤ ਦਾ ਨਕਸ਼ਾ ਆਪ ਜੀ ਦੀ ਸੇਵਾ ਵਿੱਚ ਹੈ। ਸਰੰਗੀ ਮਾਸਟਰ ਗਿਆਨੀ ਸੂਬਾ ਸਿੰਘ ਜੀ ਸ਼ਾਂਤ, ਢਾਡੀ ਹੀਰਾ ਸਿੰਘ ਜੀ ਦਰਗਾਹਪੁਰ, ਢਾਡੀ ਗੁਰਚਰਨ ਸਿੰਘ ਜੀ ਚੰਨ, ਹਰਪਾਲ ਸਿੰਘ ਢੰਡ ਦਾ ਢਾਡੀ ਜਥਾ ਇਉਂ ਬਿਨੇ ਕਰਦੇ। ਤਬੇਲੇ ਵਿੱਚੋਂ ਖੋਲ ਕੇ ਫੇਰ ਖੱਚਰੀ
ਛਾਲ ਮਾਰੀ ਉੱਤੇ ਹੋ ਗਿਆ ਸਵਾਰ, ਛਾਲ ਮਾਰੀ ਉੱਤੇ ਹੋ ਗਿਆ ਸਵਾਰ। ਦੇ ਦੁੱਖ ਮੌਜੀਆਂ ਸੁੱਖ ਪਾਉਣ ਨਾ
ਗੋਰਾ ਦੇ ਦੋਖੀ ਮੌਜੀਆ ਓ ਤਾਂ ਦਰ ਦਰ ਹੋਣਗੇ ਖੁਆਰ ਓ ਤਾਂ ਦਰ ਦਰ ਹੋਣਗੇ ਖੁਆਰ ਓ ਤਾਂ ਦਰ ਦਰ ਹੋਣਗੇ ਖੁਆਰ ਹੋ ਸਤਿਗੁਰੂ ਦੀ ਪਾਵਨ ਬਾਣੀ ਅੰਦਰ ਫਰਮਾਉਂਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਮਾਇਆ ਧਾਰੀ ਬੰਦੇ ਦੇ ਦਿਲ ਦਿਮਾਗ ਉੱਤੇ ਗੁਰੂ ਦੀ ਗੁਰਮਤ ਦੇ ਉਪਦੇਸ਼ ਦਾ ਅਸਰ ਨਹੀਂ ਹੋਇਆ ਕਰਦਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਸਿੱਖਾਂ ਨੂੰ ਗੁਰਬਾਣੀ ਰਾਹੀਂ ਜ਼ਿੰਦਗੀ ਦਾ ਮਨੋਰਥ ਸਮਝਾ ਰਹੇ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦਾ ਉਪਦੇਸ਼ ਦੇ ਰਹੇ, ਪਰ ਬਾਬੇ ਦਾਤੂ ਦੇ ਦਿਲ ਦਿਮਾਗ ਉੱਤੇ ਕੋਈ ਅਸਰ ਨਹੀਂ ਹੋਇਆ, ਕਿਉਂਕਿ ਉਹਦੇ ਮਨ ਅੰਦਰ ਅਹੰਕਾਰ ਹੈ, ਮੈਂ ਗੁਰੂ ਦਾ ਪੁੱਤ ਹਾਂ ਅਤੇ ਗੁਰੂ ਦਾ ਪੁੱਤ ਹੋਣ ਕਰਕੇ ਪਿਓ ਦੀ ਜਾਇਦਾਦ ਦੇ ਮਾਲਕ ਪੁੱਤ ਹੋਇਆ ਕਰਦੇ ਨੇ, ਘਰ ਦੇ ਨੌਕਰ ਜਾਂ ਸੇਵਾਦਾਰ ਨਹੀਂ। ਹੰਕਾਰ ਹੈ ਮਨ ਅੰਦਰ ਅਤੇ ਸਿੱਖ ਪੰਥ ਦਾ ਮਹਾਨ ਵਿਦਵਾਨ ਗੁਰਪੁਰਵਾਸੀ ਬਾਪੂ ਸੋਹਣ ਸਿੰਘ ਜੀ ਸੀਤਲ ਲਿਖਦੇ ਨੇ, ਉਹ ਕਹਿੰਦੇ ਉਦੋਂ ਰੱਬ ਵੀ ਨਹੀਂ ਦਿਸਦਾ ਸੀਤਲਾ ਜਦੋਂ ਬੰਦੇ ਵਿੱਚ ਆ ਜਾਏ ਹੰਕਾਰ। ਬਾਬੇ ਦਾਤੂ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵਿੱਚੋਂ ਨਿਰੰਕਾਰ ਦੀ ਜੋਤ ਨਜ਼ਰ ਨਾ ਆਈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਮੌਰਾਂ ਵਿੱਚ ਆ ਕੇ ਪਿਛਲੇ ਪਾਸਿਓਂ ਜ਼ੋਰ ਦੀ ਲੱਤ ਮਾਰੀ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤਖ਼ਤ ਤੋਂ ਥੱਲੇ ਡਿੱਗ ਪਏ। ਗੁਰਸਿੱਖ ਬੜੀ ਕਾਹਲੀ ਨਾਲ ਉੱਠੇ ਵੀ ਬਾਬੇ ਦਾਤੂ ਨੇ ਇਹ ਕੀ ਕਰਤੂਤ ਕੀਤੀ ਹੈ, ਉਹਨੇ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ। ਗੁਰਦੇਵ ਨੇ ਇਸ਼ਾਰਾ ਕੀਤਾ, ਸ਼ਾਂਤ। ਹੁਣ ਗੁਰਦੇਵ ਦੀ ਨਿਮਰਤਾ ਵੇਖਿਓ, ਬਾਬੇ ਦਾਤੂ ਦਾ ਹੰਕਾਰ ਤਾਂ ਵੇਖ ਲਿਆ, ਈਰਖਾ ਵੇਖ ਲਈ ਹੈ। ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਨਿਮਰਤਾ ਵੇਖੋ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਛੇਤੀ ਨਾਲ ਉੱਠੇ ਅਤੇ ਬਾਬੇ ਦਾਤੂ ਦੇ ਚਰਨ ਫੜ ਲੈ। ਚਰਨ ਬਾਬੇ ਦਾਤੂ ਦੇ ਚਰਨ ਫੜ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਕਰ ਕਮਲਾਂ ਨਾਲ ਘੁੱਟਣ ਲੱਗ ਪਏ ਅਤੇ ਨਾਲੇ ਬਚਨ ਕਰ ਰਹੇ ਨੇ, ਤੁਸੀਂ ਮੇਰੇ ਗੁਰਦੇਵ ਗੁਰੂ ਅਮਰਦਾਸ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਹੋ ਨਾ, ਇਸ ਕਰਕੇ ਮੇਰਾ ਫਰਜ਼ ਬਣਦਾ ਮੈਂ ਤੁਹਾਡਾ ਮਾਣ ਸਨਮਾਨ ਕਰਾਂ। ਅਤੇ ਦੂਜੀ ਗੱਲ ਇੱਕ ਹੋਰ ਮੇਰੇ ਸਤਿਗੁਰਾਂ ਨੇ ਬੜੀ ਰਮਜਦੀ ਆਖੀ, ਸਾਹਿਬ ਕਹਿੰਦੇ ਮੇਰਾ ਸਰੀਰ ਇਹ ਹੱਡੀਆਂ ਦੀ ਮੁੱਠ ਹੋ ਚੁੱਕਾ ਹੈ, ਬਿਰਧ ਹੈ, ਤੁਹਾਡੇ ਚਰਨ ਬੜੇ ਕੋਮਲ ਨੇ, ਬੜੇ ਕੂਲੇ ਨੇ, ਮੇਰੇ ਹੱਡੀਆਂ ਦੇ ਮੁੱਠ ਨਾਲੇ ਤੁਹਾਡੇ ਚਰਨ ਠੁਕਰਾਏ ਨੇ, ਇਹਨਾਂ ਚਰਨਾਂ ਨੂੰ ਦੁੱਖ ਲੱਗਾ ਹੋਣਾ, ਇਸ ਕਰਕੇ ਮੈਂ ਚਰਨ ਘੁੱਟ ਰਹੇ। ਗੁਰੂ ਕੀ ਸੰਗਤ ਦੇ ਨੈਣਾਂ ਵਿੱਚੋਂ ਨੀਰ ਵਹਿ ਰਿਹਾ ਸੀ, ਰਸਨਾ ਤੋਂ ਆਵਾਜ਼ ਆ ਰਹੀ ਸੀ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਅਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਮੁਖੀ ਸਿੱਖਾਂ ਨੂੰ ਇੱਕ ਹੁਕਮ ਦਿੱਤਾ, ਬਾਬਾ ਦਾਤੂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਆਏ ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਪੁੱਤਰ ਨੇ, ਇਸ ਕਰਕੇ ਇਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ। ਸਵੇਰ ਤੋਂ ਲੈ ਕੇ ਹੁਣ ਤੱਕ ਜਿੰਨੀ ਮਾਇਆ ਗੁਰੂ ਦਰਬਾਰ ਵਿੱਚ ਆਈ ਹੈ, ਇੱਕ ਖੁਰਜੀ ਭਰ ਵਿੱਚ ਪਾ ਕੇ ਅਤੇ ਬਾਬੇ ਦਾਤੂ ਨੂੰ ਭੇਟਾ ਦੇ ਦਿਓ। ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਦਰਬਾਰ ਵਿੱਚੋਂ ਉੱਠੇ ਅਤੇ ਨਿਵਾਸ ਅਸਥਾਨ 'ਤੇ ਚਲੇ ਗਏ।
ਹੁਣ ਬਾਬਾ ਦਾਤੂ ਖੁਰਜੀ ਵਿੱਚ ਪਈ ਹੋਈ ਮਾਇਆ ਲੈ ਕੇ ਤੇ ਲੈਣ ਨਹੀਂ ਸੀ ਆਇਆ ਨਾ, ਉਹ ਤੇ ਆਇਆ ਸੀ ਗੁਰੂ ਬਣਨ, ਉਹ ਆਇਆ ਸੀ ਗੁਰੂ ਕੀ ਗੱਦੀ ਨੂੰ ਖੋਹਣ ਲਈ। ਇਹ ਮਾਇਆ ਲੈ ਕੇ ਕਿਵੇਂ ਸੰਤੁਸ਼ਟ ਹੁੰਦਾ? ਇਹ ਬਹਿ ਗਿਆ ਤਖਤ ਉੱਤੇ, ਉਸ ਤਖਤ ਉੱਤੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਹਿ ਕੇ ਗੁਰੂ ਕੀ ਸੰਗਤ ਨੂੰ ਉਪਦੇਸ਼ ਦੇ ਰਹੇ ਸਨ। ਬਾਬਾ ਦਾਤੂ ਸਾਹਮਣੇ ਬੈਠੀ ਸੰਗਤ ਨੂੰ ਸੰਬੋਧਨ ਕਰਦਾ, ਇਹਦੇ ਇੱਕ ਇੱਕ ਅੱਖਰ ਵਿੱਚ ਇੱਕ ਇੱਕ ਸ਼ਬਦ ਵਿੱਚ ਅਹੰਕਾਰ ਬੋਲਦਾ, ਸੰਬੋਧਨ ਕਰਕੇ ਕਹਿੰਦਾ ਆਹ ਦੁਨੀਆ ਵਾਲਿਓ, ਕਦੇ ਘਰ ਦਾ ਨੌਕਰ ਘਰ ਦੀ ਜਾਇਦਾਦ ਦਾ ਮਾਲਕ ਬਣਿਆ ਵੇਖਿਆ ਜੀ? ਪਿਓ ਦੀ ਜਾਇਦਾਦ ਦੇ ਮਾਲਕ ਨੌਕਰ ਨਹੀਂ ਪੁੱਤ ਹੋਇਆ ਕਰਦੇ ਨੇ। ਇਹ ਅਮਰੂ ਕੱਲ੍ਹ ਸਾਡੇ ਘਰ ਵਿੱਚ ਪਾਣੀ ਢੋਂਦਾ ਸੀ, ਕੱਲ੍ਹ ਸਾਡੇ ਘਰ ਵਿੱਚ ਗੁਰੂ ਕੀ ਸੰਗਤ ਨੂੰ ਪ੍ਰਸ਼ਾਦੇ ਵਰਤਾਉਂਦਾ ਸੀ, ਝਾੜੂ ਫੇਰਿਆ ਕਰਦਾ ਸੀ, ਲੰਗਰ ਦੇ ਜੂਠੇ ਬਰਤਨ ਮਾਂਜਿਆ ਕਰਦਾ ਸੀ, ਅੱਜ ਗੁਰੂ ਬਣ ਕੇ ਬਹਿ ਗਿਆ, ਇਹ ਕਿਵੇਂ ਹੋ ਸਕਦਾ? ਉਹੋ ਜਿਹੇ ਤੁਸੀਂ, ਸੰਗਤ ਵੱਲ ਇਸ਼ਾਰਾ ਕਰਕੇ ਕਹਿੰਦਾ ਉਹੋ ਜਿਹੇ ਤੁਸੀਂ ਜਿਹੜੇ ਇਹਨੂੰ ਗੁਰੂ ਮੰਨ ਬੈਠੇ ਹੋ, ਜਿਹੜਾ ਮੈਨੂੰ ਗੁਰੂ ਮੰਨੇਗਾ ਮੈਂ ਉਹਨੂੰ ਮਨ ਪਾਉਂਦੇ ਵਰ ਦਿਆਂਗਾ ਵਰ, ਜਿਹੜਾ ਅਮਰਦਾਸ ਨੂੰ ਗੁਰੂ ਮੰਨੇਗਾ ਮੇਰੇ ਸਰਾਫ ਦਾ ਭਾਗੀ ਹੋਵੇਗਾ। ਕਿੱਥੇ ਧੁਰਕੀ ਬਾਣੀ ਦੀਆਂ ਗੱਲਾਂ, ਕਿੱਥੇ ਸਰਾਫ ਅਤੇ ਧਮਕੀਆਂ, ਕੌਣ ਸੁਣਦਾ? ਮੇਰੇ ਗਰੀਬ ਨੂੰ ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸੰਗਤ ਦਰਬਾਰ ਵਿੱਚ ਉੱਠਣੀ ਸ਼ੁਰੂ ਹੋਈ ਅਤੇ ਸਾਰੇ ਉੱਠ ਕੇ ਚਲੇ ਗਏ। ਰਹਿ ਗਿਆ ਬਾਬਾ ਦਾਤੂ ਅਤੇ ਉਹਦੇ ਸਲਾਹਕਾਰ, ਸ਼ਾਮਾਂ ਪਈਆਂ ਸਾਰੀ ਮਾਇਆ ਇਕੱਠੀ ਕਰਕੇ ਖੁਰਜੀ ਭਰ ਕੇ ਲੱਦ ਲਈ ਖੱਚਰ ਉੱਤੇ, ਤੁਰ ਪਿਆ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਵੱਲੇ। ਸ਼ਾਮਾਂ ਪੈ ਰਹੀਆਂ ਸਨ, ਰਾਹ ਵਿੱਚ ਡਾਕੂ ਪੈ ਗਏ, ਨਾਲੇ ਤੇ ਸਾਰਾ ਧਨ ਖੋਹ ਲਿਆ ਡਾਕੂਆਂ ਨੇ, ਨਾਲੇ ਕੁੱਟ ਕੁੱਟ ਕੇ ਬਾਬੇ ਦਾਤੂ ਦੀ ਲੱਤ ਤੋੜ ਦਿੱਤੀ। ਇੱਧਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਰਾਤ ਪਈ ਹੈ ਅਤੇ ਪਲੰਘੇ ਉੱਤੇ ਬਿਰਾਜਮਾਨ ਨੇ, ਪਰ ਨੇਤਰਾਂ ਵਿੱਚ ਨੀਂਦ ਨਹੀਂ ਆਉਂਦੀ। ਯਾਦ ਰੱਖੋ ਸੱਜਣੋ, ਜਿਨ੍ਹਾਂ ਸ਼ਖਸੀਅਤਾਂ ਦੇ ਸਿਰ ਉੱਤੇ ਸੰਸਾਰ ਦੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਇਆ ਹੋਵੇ, ਉਹਨਾਂ ਦੇ ਨੇਤਰਾਂ ਵਿੱਚ ਨੀਂਦ ਭਲਾ ਕਿਵੇਂ ਆ ਸਕਦੀ? ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵਿਚਾਰ ਕਰਦੇ ਨੇ ਆਪਣੇ ਮਨ ਨਾਲ ਵੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਘਰ ਤੇ ਲੋਕਾਂ ਦੇ ਝਗੜੇ ਨਿਬੇੜਦਾ, ਕਜੀਏ ਨਿਬੇੜਦਾ। ਜੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਝਗੜਾ ਵੱਧ ਗਿਆ ਤੇ ਝਗੜਾ ਵੱਧ ਜਾਣ ਦਾ ਕਾਰਨ ਅਸੀਂ ਬਣ ਗਏ ਤੇ ਗੱਲ ਠੀਕ ਨਹੀਂ ਹੋਵੇਗੀ। ਇਸ ਕਰਕੇ ਜਿੰਨਾ ਚਿਰ ਅਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਰਵਾਂਗੇ, ਉਹਨਾਂ ਚਿਰ ਤੱਕ ਖਡੂਰ ਸਾਹਿਬ ਦੀ ਧਰਤੀ ਉੱਤੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੇ ਪੁੱਤ ਰਹਿੰਦੇ ਨੇ, ਉਹ ਈਰਖਾ ਕਰਦੇ ਰਹਿਣਗੇ। ਕੀ ਹੋਣਾ ਚਾਹੀਦਾ? ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇਤਰਾਂ ਵਿੱਚ ਨੀਂਦ ਨਹੀਂ ਪੈਂਦੀ ਅਤੇ ਸੋਚਾਂ ਸੋਚ ਰਹੇ ਨੇ ਕੀ ਹੋਣਾ ਚਾਹੀਦਾ ਜਿਹਦੇ ਨਾਲ ਗੁਰੂ ਨਾਨਕ ਦੇ ਘਰ ਵਿੱਚ ਕੋਈ ਝਗੜਾ ਨਾ ਪੈ ਜਾਏ, ਕੋਈ ਬਖੇੜਾ ਨਾ ਵਧੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪਣਗੇ ਉੱਤੇ ਬਿਰਾਜਮਾਨ। ਰਾਤ ਦਾ ਸਮਾਂ, ਸਾਰੀ ਰਾਤ ਕੀ ਸੋਚਾਂ ਸੋਚਦੇ ਨੇ, ਆਓ ਸਰਵਣ ਕਰੀਏ।
ਮਾਣਿਆਂ ਤੇ ਸੁੱਤੇ ਨਾਹੀਂ ਸਾਰੀ ਰਾਤ। ਹਾਂ ਮਾਣ ਜੋ ਨ ਮਾਣਿਆਂ ਦੇ ਸੁੱਤੇ ਨਾਹੀਂ ਸਾਰੀ ਰਾਤ। ਮਾਣ ਜੋ ਨ ਮਾਣਿਆਂ ਦੇ ਸੁੱਤੇ ਨਾਹੀਂ ਸਾਰੀ ਰਾਤ। ਮਾਣ ਜੋ ਨ ਮਾਣਿਆਂ ਦੇ ਸੁੱਤੇ ਨਾਹੀਂ ਸਾਰੀ ਰਾਤ। ਸੋਚਾਂ ਵਿੱਚ ਪਾਤਸ਼ਾਹ ਨੇ ਜੋ ਨਿਮਾਣਿਆਂ ਦੇ ਸੁੱਤੇ ਨਾਹੀਂ ਸਾਰੀ ਰਾਤ। ਮਾਣ ਜੋ ਨਿਮਾਣਿਆਂ ਦੇ ਸੁੱਤੇ ਨਾਹੀਂ ਸਾਰੀ ਰਾਤ। ਕੀਤੀਆਂ ਵਧੀਕੀਆਂ ਜੋ ਦਾਤੂ ਨੇ ਸਿਗੁਰਾਂ ਨਾਲ। 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 ਸੋਚਾਂ ਵਿੱਚ ਪਾਤਸ਼ਾਹ ਨੇ ਘੜੀਆਂ ਗੁਜ਼ਾਰੀਆਂ। ਸੋਚਾਂ ਵਿੱਚ ਪਾਤਸ਼ਾਹ ਨੇ ਘੜੀਆਂ ਗੁਜ਼ਾਰੀਆਂ। ਅੰਮ੍ਰਿਤ ਵੇਲੇ ਉੱਠੇ ਦੱਸਿਆ ਨੀ ਕਿਸੇ ਤਾਈਂ। 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 ਗੋਇੰਦਵਾਲ ਸਾਹਿਬ ਜੀ ਤੋਂ ਗੋਇੰਦਵਾਲ ਸਾਹਿਬ ਜੀ ਤੋਂ ਪਾਤਸ਼ਾਹ ਨੇ ਘੜੀਆਂ ਗੁਜ਼ਾਰੀਆਂ। ਸੋਚਾਂ ਵਿੱਚ ਪਾਤਸ਼ਾਹ ਨੇ ਘੜੀਆਂ ਗੁਜ਼ਾਰੀਆਂ।
ਕੇ ਏਕਾਂਤ ਰੱਬ ਆਪਣਾ ਧਿਆਵਣ ਲਈ ਮੌਜੀਆ ਮੌਜੀਆ ਸੋਚਾਂ ਗੁਰਾਂ ਦਿਲ ਵਿੱਚ ਥਾਰੀਆਂ ਬੈਠ ਕੇ ਏਕਾਂਤ ਪ੍ਰਭ ਆਪਣਾ ਧਿਆਵਣ ਲਈ 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 ਮੌਜੀ ਆਏ ਸੋਚਾਂ ਗੁਰਾਂ ਮੌਜੀ ਆਏ ਸੋਚਾਂ ਗੁਰਾਂ ਸੋਚਾਂ ਵਿੱਚ ਪਾਤਸ਼ਾਹ ਨੇ ਘੜੀਆਂ ਗੁਜ਼ਾਰੀਆਂ ਸੋਚਾਂ ਵਿੱਚ ਪਾਤਸ਼ਾਹ ਨੇ ਘੜੀਆਂ ਗੁਜ਼ਾਰੀਆਂ ਸੋਚਾਂ ਵਿੱਚ ਪਾਤਸ਼ਾਹ ਨੇ ਘੜੀਆਂ ਗੁਜ਼ਾਰੀਆਂ ਹੋ ਸਾਰੀ ਰਾਤ ਸੋਚਣ ਤੋਂ ਬਾਅਦ ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੇ ਮਨ ਨਾਲ ਫੈਸਲਾ ਲਿਆ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਬਿਨਾਂ ਦੱਸੇ ਕਿਸੇ ਇਕਾਂਤ ਜਗ੍ਹਾ 'ਤੇ ਬਹਿ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ। ਗੋਇੰਦਵਾਲ ਸਾਹਿਬ ਤੋਂ ਤੁਰੇ ਕਿਸੇ ਨੂੰ ਨਹੀਂ ਦੱਸਿਆ, ਆਪਣੇ ਜੱਦੀ ਪਿੰਡ ਬਾਸਰ ਕੇ ਗਿੱਲਾਂ ਆ ਗਏ। ਬਾਸਰ ਕੇ ਗਿੱਲਾਂ, ਬਾਸਰ ਕੇ ਗਿੱਲਾਂ ਬੜਾ ਵੱਡਾ ਇਤਿਹਾਸ ਦਾ ਸੋਮਾ ਪਿੰਡ ਹੈ, ਬਹੁਤ ਸਾਰਾ ਇਤਿਹਾਸ ਇਸ ਪਿੰਡ ਵਿੱਚ ਸਮੋਇਆ ਹੋਇਆ। ਬਾਸਰ ਕੇ ਗਿੱਲਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਿੰਡ ਹੈ। ਬਾਸਰ ਕੇ ਗਿੱਲਾਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਦੇ ਪੇਕਿਆਂ ਦਾ ਪਿੰਡ ਹੈ। ਬਾਬਾ ਜੇਠਾ ਜੀ ਅਤੇ ਬਾਬਾ ਰਾਮਾ ਜੀ ਦਾ ਸਹੁਰਿਆਂ ਦਾ ਪਿੰਡ ਹੈ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੁੜਮਾਂ ਦਾ ਪਿੰਡ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਉਹਨਾਂ ਦੇ ਸਹੁਰਿਆਂ ਦਾ ਪਿੰਡ ਹੈ। ਭਾਈ ਹਰਦਾਸ ਜੀ, ਸਤਿਕਾਰਯੋਗ ਬਾਬਾ ਹਰਦਾਸ ਜੀ, ਉਹਨਾਂ ਦੇ ਸਹੁਰਿਆਂ ਦਾ ਪਿੰਡ ਹੈ ਅਤੇ ਮਾਤਾ ਦਇਆ ਕੌਰ ਦੇ ਪੇਕਿਆਂ ਦਾ ਪਿੰਡ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਨਾਨਕਿਆਂ ਦਾ ਪਿੰਡ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਵੀ ਨਾਨਕਿਆਂ ਦਾ ਪਿੰਡ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦੇ ਵੀ ਆਪਣਾ ਪਿੰਡ ਹੈ।
ਬਾਬਾ ਮੋਹਰੀ ਜੀ ਅਤੇ ਬਾਬਾ ਮੋਹਨ ਜੀ ਦਾ ਆਪਣਾ ਪਿੰਡ ਹੈ, ਐਡਾ ਵੱਡਾ ਇਤਿਹਾਸ ਦਾ ਸੋਮਾ ਹੈ ਬਾਸਰ ਕੇ ਗਿੱਲਾ ਨਗਰ। ਇਸ ਬਾਸਰ ਕੇ ਗਿੱਲਾਂ ਦੇ ਬਾਹਰ ਬਾਰ ਇੱਕ ਕੱਚਾ ਕੋਠਾ ਹੈ ਅਤੇ ਉਸ ਕੱਚੇ ਕੋਠੇ ਵਿੱਚ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੁਭਾਏਮਾਨ ਹੋ ਗਏ। ਬਾਹਰ ਦਰਵਾਜ਼ੇ ਦੇ ਸਾਹਮਣੇ ਇੱਕ ਤਖ਼ਤੀ ਲਿਖ ਕੇ ਲਾ ਦਿੱਤੀ, ਜਿਹੜਾ ਖੋਲ੍ਹੇਗਾ ਦਰਵਾਜ਼ਾ ਸਿੱਖ ਨਹੀਂ ਹੋਵੇਗਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅਤੇ ਆਪਣੇ ਜੱਦੀ ਪਿੰਡ ਹੈ ਬਾਸਰ ਕੇ ਗਿੱਲਾਂ ਦੇ ਬਾਹਰ ਬਾਰ ਕੱਚੇ ਕੋਠੇ ਵਿੱਚ ਆ ਕੇ ਵਿਸਰਾਮ ਕਰ ਲਿਆ ਹੈ ਅਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਦੀਆਂ ਪਿਆਸੀਆਂ ਰੂਹਾਂ ਜਿਹੜੀਆਂ ਜਿੰਨਾ ਚਿਰ ਤੱਕ ਗੁਰਦੇਵ ਦੇ ਦਰਸ਼ਨ ਨਾ ਕਰ ਲੈਣ, ਨਿਤਨੇਮ ਨਾ ਕਰ ਲੈਣ, ਉਹਨਾਂ ਚਿਰ ਤੱਕ ਆਪਣੇ ਮੂੰਹ ਵਿੱਚ ਅੰਨ ਜਲ ਨਹੀਂ ਪਾਇਆ ਕਰਦੀਆਂ ਸਨ। ਗੁਰਸਿੱਖ ਦਾ ਨਿਯਮ ਹੈ ਜ਼ਿੰਦਗੀ ਦਾ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕਰੇ, ਰੱਬੀ ਬਾਣੀ ਦਾ ਨਿਤਨੇਮ ਕਰੇ, ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰੇ, ਫਿਰ ਗੁਰਦੁਆਰੇ ਆ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰੇ। ਅੱਜ ਵੀ ਐਸੇ ਗੁਰਸਿੱਖ ਮਿਲਦੇ ਨੇ ਜਿੰਨਾ ਚਿਰ ਤੱਕ ਆਪਣਾ ਪੂਰਾ ਨਿਤਨੇਮ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਨਾ ਕਰ ਲੈਣ, ਉਹਨਾਂ ਚਿਰ ਤੱਕ ਮੂੰਹ ਵਿੱਚ ਅੰਨ ਜਲ ਨਹੀਂ ਪਾਉਂਦੇ। ਜਿਨ੍ਹਾਂ ਗੁਰਸਿੱਖਾਂ ਦੇ ਜੀਵਨ ਦਾ ਆਧਾਰ ਬਣਿਆ ਸੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਤਾਂ ਗੁਰਸਿੱਖ ਵਿਆਕੁਲ ਹੋ ਗਏ, ਸੋਚਦੇ ਨੇ ਗੁਰਦੇਵ ਦੇ ਦਰਸ਼ਨ ਕਿਵੇਂ ਹੋਣਗੇ, ਕਦੋਂ ਹੋਣਗੇ, ਕਿੱਥੋਂ ਹੋਣਗੇ ਅਤੇ ਕੌਣ ਕਰਵਾਏਗਾ। ਆਖਿਰਕਾਰ ਗੁਰਸਿੱਖਾਂ ਨੇ ਮਤਾ ਕੀਤਾ ਅਤੇ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਉਹ ਮਹਾਨ ਸ਼ਖਸੀਅਤ ਨੇ ਸਾਧ ਸੰਗਤ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅੰਦਰ ਅੱਠ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਨੇ, ਅੱਠ ਗੁਰੂ ਸਾਹਿਬਾਨਾਂ ਦੇ, ਛੇ ਗੁਰੂ ਸਾਹਿਬਾਨਾਂ ਦੀ ਸੰਗਤ ਮਾਣੀ ਹੈ ਅਤੇ ਪੰਜ ਗੁਰੂ ਸਾਹਿਬਾਨਾਂ ਨੂੰ ਗੁਰਗੱਦੀ ਦੀ ਰਸਮ ਅਦਾ ਕਰਨ ਵੇਲੇ ਗੁਰਗੱਦੀ ਦਾ ਤਿਲਕ ਆਪਣੇ ਹੱਥਾਂ ਨਾਲ ਦਿੱਤਾ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਦੇ ਅਰਦਾਸ ਦਾ ਸਦਕਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਛੇਵੇਂ ਗੁਰੂ ਸੰਸਾਰ ਵਿੱਚ ਪ੍ਰਗਟ ਹੋਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਜਦੋਂ ਪੋਥੀ ਪਰਮੇਸ਼ਰ ਕਾ ਥਾਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਸੰਪਾਦਨਾ ਕੀਤੀ, ਸਾਰੀ ਰਾਤ ਸੋਚਦੇ ਰਹੇ ਕਿਹੜਾ ਐਸਾ ਗੁਰਸਿੱਖ ਹੋਵੇ ਜਿਹਦਾ ਇੰਨਾ ਪਵਿੱਤਰ ਸੀਸ ਹੋਵੇ, ਜਿਸ ਪਵਿੱਤਰ ਸੀਸ ਉੱਤੇ ਪੋਥੀ ਪਰਮੇਸ਼ਰ ਕਾ ਥਾਨ ਸਵਾਰੀ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਹਰਿਮੰਦਰ ਸਾਹਿਬ ਤੱਕ ਪਹੁੰਚਾਇਆ ਜਾਏ, ਉਦੋਂ ਵੀ ਚੋਣ ਮੇਰੇ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਦੀ ਕੀਤੀ। ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸੀਸ ਉੱਤੇ ਪਾਵਨ ਬੀੜ ਰੱਖ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪਣੇ ਘਰ ਕਮਲਾਂ ਨਾਲ ਚਵਰ ਦੀ ਸੇਵਾ ਕਰਦੇ ਹੋਏ ਹਰਿਮੰਦਰ ਸਾਹਿਬ ਲੈ ਕੇ ਆਏ। ਬਾਬਾ ਬੁੱਢਾ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਬੈਠਣਾ ਨਸੀਬ ਹੋਇਆ। ਸਾਹਮਣੇ ਗ੍ਰੰਥੀ ਸਿੰਘ ਗੁਰੂ ਦੀ ਗੋਦ ਵਿੱਚ ਬੈਠੇ ਨੇ ਨਾ, ਇਹ ਹਰ ਇੱਕ ਦੇ ਭਾਗਾਂ ਵਿੱਚ ਨਹੀਂ ਹੁੰਦਾ, ਇਹ ਕੋਈ ਪਿਛਲੇ ਜਨਮ ਦਾ ਤਪ ਹੀ ਆ ਜਿਹੜਾ ਗ੍ਰੰਥੀ ਬਣਦਾ ਹੈ। ਵੈਸੇ ਅੱਜ ਅਸੀਂ ਗ੍ਰੰਥੀ ਸਿੰਘਾਂ ਦਾ ਓਨਾ ਸਤਿਕਾਰ ਨਹੀਂ ਕਰਦੇ ਜਿੰਨਾ ਕਰਨਾ ਬਣਦਾ ਹੈ, ਅਤੇ ਬਹੁਤੇ ਮਾਫ਼ ਕਰਿਓ ਮੂੰਹ ਛੋਟਾ ਅਤੇ ਗੱਲ ਵੱਡੀ ਹੈ, ਬਹੁਤੇ ਗ੍ਰੰਥੀ ਸਿੰਘ ਵੀ ਆਪਣੇ ਆਪ ਨੂੰ ਭੁੱਲ ਗਏ ਵੀ ਅਸੀਂ ਬਾਬਾ ਬੁੱਢਾ ਸਾਹਿਬ ਦੇ ਵਾਰਸ ਹਾਂ। ਸਭ ਤੋਂ ਪਹਿਲਾਂ
ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਬੈਠਣ ਵਾਲੀ ਕੋਈ ਸ਼ਖਸੀਅਤ ਹੈ ਉਹ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ। ਗੁਰੂ ਅਰਜਨ ਦੇਵ ਪਾਤਸ਼ਾਹ ਆਪ ਸੰਗਤ ਵਿੱਚ ਬੈਠੇ ਨੇ, ਬਾਬਾ ਬੁੱਢਾ ਸਾਹਿਬ ਗੁਰਦੇਵ ਦੀ ਗੋਦ ਵਿੱਚ ਬੈਠੇ ਨੇ ਅਤੇ ਬੜੀ ਨਿਮਰਤਾ ਨਾਲ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਚਨ ਕਰਕੇ ਕਹਿ ਰਹੇ ਨੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੇ ਸਭ ਪੰਥ। ਪਹਿਲਾ ਹੁਕਮਨਾਮਾ ਲੈਣ ਵਾਲਾ ਬਾਬਾ ਬੁੱਢਾ ਸਾਹਿਬ, ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਨਾ ਸਾਧ ਸੰਗਤ, ਸਾਨੂੰ ਕੋਈ ਪੁੱਛ ਸਕਦਾ ਹੈ ਭਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਸੰਪਾਦਨਾ ਕਿਹਨਾਂ ਨੇ ਕੀਤੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਲਿਖਣ ਦੀ ਸੇਵਾ ਕਿਹਨਾਂ ਨੇ ਕੀਤੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਸਵਾਰੀ ਕਿਹਨਾਂ ਦੇ ਸੀਸ ਉੱਤੇ ਕਰਨ ਦਾ ਪਹਿਲਾ ਸਮਾਂ ਸੁਭਾਗਾ ਸਮਾਂ ਮਿਲੇ, ਕਿਹੜੇ ਗੁਰਸਿੱਖ ਨੂੰ ਮਿਲਿਆ, ਪਹਿਲਾ ਗ੍ਰੰਥੀ ਕੌਣ ਹੈ ਅਤੇ ਪਹਿਲਾ ਹੁਕਮਨਾਮਾ ਕੀ ਆਇਆ, ਪਹਿਲਾ ਪ੍ਰਕਾਸ਼ ਕਿੱਥੇ ਹੋਇਆ, ਇਹ ਅੱਜ ਦੇ ਪਵਿੱਤਰ ਦਿਹਾੜੇ ਨਾਲ ਸਵਾਲ ਜੁੜਦੇ ਨੇ। ਸੰਪਾਦਨਾ ਕਿਹਨਾਂ ਨੇ ਕੀਤੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ। ਲਿਖਣ ਦੀ ਸੇਵਾ ਕਿਹਨਾਂ ਕੋਲੋਂ ਕਰਵਾਈ, ਭਾਈ ਗੁਰਦਾਸ ਜੀ ਪਾਸੋਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਹਨਾਂ ਦੇ ਸੀਸ 'ਤੇ ਸਵਾਰ ਹੋ ਕੇ ਰਾਮਸਰ ਤੋਂ ਹਰਿਮੰਦਰ ਸਾਹਿਬ ਆਏ, ਬਾਬਾ ਬੁੱਢਾ ਸਾਹਿਬ ਦੇ ਪਾਵਨ ਸੀਸ ਉੱਤੇ। ਚਵਰ ਦੀ ਸੇਵਾ ਕਿਹਨਾਂ ਨੇ ਕੀਤੀ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ। ਪਹਿਲਾ ਹੁਕਮਨਾਮਾ ਕਿਹਨਾਂ ਨੇ ਲਿਆ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ। ਹੁਕਮਨਾਮਾ ਕੀ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇੱਕ ਸਵਾਲ ਅਸੀਂ ਕਰਦੇ ਹਾਂ, ਉਹ ਗਲਤ ਹੈ। ਅਸੀਂ ਕਹਿੰਦੇ ਬਾਬਾ ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਹਿਲੇ ਹੈੱਡ ਗ੍ਰੰਥੀ ਨੇ। ਹੈੱਡ ਉਹਨਾਂ ਵਿੱਚ ਹੁੰਦਾ ਹੈ, ਮੁਖੀ ਉਹਨਾਂ ਵਿੱਚ ਹੁੰਦਾ ਜਦੋਂ ਬਹੁਤੇ ਹੋਣ, ਅਤੇ ਜਦੋਂ ਇਕੱਲਾ ਹੀ ਹੋਵੇ ਉਦੋਂ ਹੈੱਡ ਨਹੀਂ, ਉਹ ਸਾਰਾ ਸੰਪੂਰਨ ਹੀ ਹੁੰਦਾ ਹੈ। ਬਾਬਾ ਬੁੱਢਾ ਸਾਹਿਬ ਸੰਪੂਰਨ ਗ੍ਰੰਥੀ ਨੇ। ਇਹ ਕੇਵਲ ਅਤੇ ਕੇਵਲ ਉਸ ਸਮੇਂ ਇਕੱਲੇ ਹੀ ਗ੍ਰੰਥੀ ਥਾਪੇ ਗਏ, ਇਸ ਕਰਕੇ ਗ੍ਰੰਥੀ ਸਿੱਖ ਨੇ। ਸਤਿਕਾਰਯੋਗ ਸਾਧ ਸੰਗਤ, ਪਹਿਲਾ ਗ੍ਰੰਥੀ ਸਿੱਖ ਜੇ ਕੋਈ ਪੁੱਛੇ ਕੌਣ ਹੈ, ਅਤੇ ਉਹ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ। ਬਾਬਾ ਬੁੱਢਾ ਸਾਹਿਬ ਨੂੰ 6 ਗੁਰੂ ਸਾਹਿਬਾਨਾਂ ਨੇ ਆਪਣੇ ਰਸਨਾ ਤੋਂ ਵੱਖ ਵੱਖ ਵਾਰ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਵਿੱਚੋਂ ਇੱਕ ਵਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਹੈ। ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੂੰ ਗੁਰਗੱਦੀ ਬਖਸ਼ ਦਿੱਤੀ ਅਤੇ ਬਾਬਾ ਬੁੱਢਾ ਸਾਹਿਬ ਨੂੰ ਸੰਬੋਧਨ ਕਰਕੇ ਗੁਰਦੇਵ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ, ਬਾਬਾ ਜੀ ਗੁਰੂ ਨਾਨਕ ਦੀ ਨਿਰੰਕਾਰੀ ਜੋਤ ਤੁਹਾਡੀਆਂ ਨਜ਼ਰਾਂ ਤੋਂ ਕਦੇ ਓਹਲੇ ਨਹੀਂ ਹੋਵੇਗੀ, ਬੁੜਾ ਤਾਂ ਇੱਥੋਂ ਓਹਲੇ ਕਦੇ ਨਾ ਹੋ ਸਾਂ। ਸਿੱਖਾਂ ਨੇ ਆਖਿਆ, ਮਹਾਰਾਜ ਬਾਬਾ ਜੀ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਤੁਹਾਡੇ ਨਾਲ ਵਾਅਦਾ ਵਚਨ ਹੈ ਵੀ ਤੇਰੀਆਂ ਨਜ਼ਰਾਂ ਤੋਂ ਮੈਂ ਕਦੇ ਓਹਲੇ ਨਹੀਂ ਹੁੰਦਾ, ਦੱਸੋ ਫਿਰ ਅੱਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਿੱਥੇ ਨੇ। ਯਾਦ ਰੱਖੋ, ਬ੍ਰਹਮ ਗਿਆਨੀ ਵਿਧੀ ਦੱਸਦਾ ਹੈ, ਪ੍ਰਗਟ ਨਹੀਂ ਹੁੰਦਾ। ਜੇ ਬ੍ਰਹਮ ਗਿਆਨੀ ਪ੍ਰਗਟ ਹੋ ਜਾਏ ਉਹਨੂੰ ਸੰਸਾਰ ਛੱਡਣਾ ਪੈਂਦਾ, ਅਤੇ ਅੱਜ ਤਾਂ ਬਹੁਤੇ ਬ੍ਰਹਮ ਗਿਆਨੀ ਆਪਣੇ ਨਾਂ ਨਾਲ ਲਿਖੀ ਫਿਰਦੇ ਨੇ, ਮੈਂ ਬ੍ਰਹਮ ਗਿਆਨੀ ਹਾਂ, ਮੈਂ ਬ੍ਰਹਮ ਗਿਆਨੀ। ਖੈਰ, ਗੁਰੂ ਕਿਰਪਾ ਕਰੇ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮੇਸ਼ਰ ਦਾ ਰੂਪ ਹੋ ਜਾਂਦਾ ਬ੍ਰਹਮ ਗਿਆਨੀ, ਅਤੇ ਪ੍ਰਗਟ ਨਹੀਂ ਹੁੰਦਾ, ਪ੍ਰਗਟ ਹੋਣ ਤੋਂ ਬਚਦਾ ਹੈ। ਬਾਬਾ ਬੁੱਢਾ ਸਾਹਿਬ ਨੇ ਸਿੱਧਾ ਨਹੀਂ ਆਖਿਆ ਵੀ ਜਾਓ ਬਾਸਰ ਕੇ ਗਿੱਲਾਂ ਦੇ ਬਾਹਰ ਬੈਠੇ ਨੇ ਗੁਰੂ ਅਮਰਦਾਸ, ਨਹੀਂ ਆਖਿਆ। ਬਾਬਾ ਬੁੱਢਾ ਸਾਹਿਬ ਨੇ ਵਚਨ ਕੀਤਾ, ਜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨੇ ਤਾਂ ਮੇਰਾ ਵਿਸ਼ਵਾਸ ਹੈ, ਜਿਹੜੀ ਘੋੜੀ ਉੱਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਵਾਰੀ ਕਰਿਆ ਕਰਦੇ ਨੇ ਨਾ, ਉਸ ਘੋੜੀ ਨੂੰ ਸ਼ਿੰਗਾਰ ਕੇ ਉਹਦੇ ਉੱਤੇ ਕਾਠੀ ਪਾ ਕੇ
ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਦਰਸ਼ਨਾਂ ਲਈ ਅਰਦਾਸ ਕਰਕੇ ਸੰਗਤ ਹੱਥਾਂ ਵਿੱਚ ਗਲਾਂ ਵਿੱਚ ਢੋਲਕੀਆਂ, ਹੱਥਾਂ ਵਿੱਚ ਛੈਣੇ ਅਤੇ ਚੁਮਟੇ ਲੈ ਕੇ ਗੁਰੂ ਕੀ ਬਾਣੀ ਦਾ ਸ਼ਬਦ ਪੜ੍ਹਨਾ ਸ਼ੁਰੂ ਕਰ ਦੇਵੇ। ਬਾਬਾ ਜੀ ਕਹਿੰਦੇ ਜਿੱਧਰ ਨੂੰ ਘੋੜੀ ਤੁਰ ਪਏ ਮਗਰੇ ਮਗਰ ਤੁਰ ਪਿਓ, ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮੇਰਾ ਵਿਸ਼ਵਾਸ ਹੈ ਗੁਰੂ ਕੀ ਘੋੜੀ ਗੁਰੂ ਕੀ ਸੰਗਤ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੋਲ ਲੈ ਜਾਏਗੀ, ਦਰਸ਼ਨ ਹੋ ਜਾਣਗੇ। ਇਸੇ ਤਰ੍ਹਾਂ ਹੋਇਆ, ਸ਼ਿੰਗਾਰ ਕੇ ਘੋੜੀ ਪਾ ਕੇ ਕਾਠੀ ਸੰਗਤ ਨੇ ਕੀਤੀ ਅਰਦਾਸ ਹੈ, ਘੋੜੀ ਅੱਗੇ ਅੱਗੇ ਗੁਰੂ ਕੀ ਸੰਗਤ ਪਿੱਛੇ ਪਿੱਛੇ ਸ਼ਬਦ ਪੜ੍ਹਦੀ ਆਉਂਦੀ ਹੈ। ਗੋਇੰਦਵਾਲ ਸਾਹਿਬ ਤੋਂ ਚੱਲੀ ਸੰਗਤ ਹੈ, ਬਾਸਰ ਕੇ ਗਿੱਲਾਂ ਦੇ ਬਾਰ ਬਾਰ ਕੱਚੇ ਕੋਠੇ ਦੇ ਸਾਹਮਣੇ ਦਰਵਾਜ਼ੇ ਦੇ ਖਲੋ ਕੇ ਘੋੜੀ ਨੇ ਅਗਲੇ ਦੋਵੇਂ ਪੌੜਨ ਵਾਸਤੇ ਗੋਡਿਆਂ ਪਰ ਨਿਹੋ ਕੇ ਸਿਰ ਥੱਲੇ ਲਾ ਕੇ ਧਰਤੀ ਉੱਤੇ ਫਿਰ ਘੋੜੀ ਉੱਠੀ ਅਤੇ ਫੁਰਕੜਾ ਜਿਹਾ ਮਾਰਿਆ, ਜਿਵੇਂ ਆਪਣੀ ਭਾਸ਼ਾ ਵਿੱਚ ਕਹਿ ਰਹੀ ਹੋਵੇ ਗੁਰੂ ਕੇ ਸਿੱਖੋ ਗੁਰੂ ਅਮਰਦਾਸ ਹੈ ਇਸ ਕੱਚੇ ਕੋਠੇ ਵਿੱਚ। ਸਿੱਖਾਂ ਦਾ ਬੜਾ ਮਨ ਵਿੱਚ ਚਾਅ ਪੈਦਾ ਹੋਇਆ, ਬੜਾ ਉਤਸ਼ਾਹ ਵਧਿਆ, ਪਰ ਜਦੋਂ ਦਰਵਾਜ਼ੇ ਵੱਲੇ ਵਧੇ ਨਾ ਤਾਂ ਦਰਵਾਜ਼ੇ 'ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਲਿਖਿਆ ਸੀ, ਜਿਹੜਾ ਦਰਵਾਜ਼ਾ ਖੋਲ੍ਹੇਗਾ ਸਿੱਖ ਨਹੀਂ ਹੋਵੇਗਾ। ਮੇਰੇ ਗਰੀਬ ਨੂੰ ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਕੱਚੇ ਕੋਠੇ ਵਿੱਚ ਸ਼ਬਾਇਮਾਨ ਨੇ ਬਾਹਰ ਲਿਖਿਆ ਹੋਇਆ ਬੋਰਡ ਜਦੋਂ ਗੁਰਸਿੱਖਾਂ ਨੇ ਪੜ੍ਹਿਆ ਅਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੰਦਰ ਰੱਬ ਦੀ ਭਗਤੀ ਕਰ ਰਹੇ ਨੇ, ਬਾਹਰ ਗੁਰੂ ਕੀ ਸੰਗਤ ਹੈ, ਉਸ ਬੋਰਡ ਵੱਲੇ ਵੇਖ ਰਹੀ ਹੈ ਅਤੇ ਕਿਵੇਂ ਦਰਸ਼ਨਾਂ ਨੂੰ ਤਰਸ ਰਹੀ ਹੈ। ਕੋਠੜੀ ਸਤਿਗੁਰਾ ਆ ਡੇਰਾ ਲਾਇਆ, ਹਾਂ ਵਿੱਚ ਕੋਠੜੀ ਸਤਿਗੁਰਾ ਆ ਡੇਰਾ ਲਾਇਆ,
ਨਿਯਤ ਸਮੇਂ ਵਿੱਚ 10-12 ਮਿੰਟ ਬਾਕੀ ਰਹਿ ਗਏ ਨੇ। ਇੱਕ ਚੀਜ਼ ਹੋਰ ਕਹਿ ਕੇ ਰਿਜ਼ਲਟ ਕੱਢ ਦਿਆਂਗਾ ਪ੍ਰਸੰਗ ਦਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੱਚੇ ਕੋਠੇ ਵਿੱਚ ਬੈਠੇ ਨੇ, ਬਾਹਰ ਗੁਰੂ ਕੇ ਸਿੱਖ ਵਿੱਚ ਸੰਗਤ ਬੈਠੀ ਹੈ। ਦਰਵਾਜ਼ੇ ਅੱਗੇ ਬੋਰਡ ਲੱਗਾ ਹੋਇਆ, ਜਿਹੜਾ ਦਰਵਾਜ਼ਾ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ। ਸੰਗਤਾਂ ਦੇ ਮਨ ਅੰਦਰ ਬੜਾ ਖਿਆਲ ਆਇਆ ਵੀ ਬਾਬਾ ਜੀ ਹੁਣ ਕੀ ਕੀਤਾ ਜਾਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਆ ਗਏ ਹਾਂ, ਪਰ ਦਰ ਲੰਘਣ ਦਾ ਹੁਕਮ ਨਹੀਂ, ਦਰਸ਼ਨ ਕਿਵੇਂ ਹੋਣ। ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ, ਸੰਗਤ ਦੀ ਨਿਰਾਸ਼ ਹੋਣ ਦੀ ਲੋੜ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਕੇਵਲ ਹੁਕਮ ਹੈ, ਦਰਵਾਜ਼ਾ ਨਹੀਂ ਖੋਲ੍ਹਣਾ। ਅਸੀਂ ਦਰਵਾਜ਼ਾ ਨਹੀਂ ਖੋਲ੍ਹਾਂਗੇ। ਗੁਰੂ ਸਾਹਿਬ ਨੇ ਦਰਸ਼ਨਾਂ ਤੋਂ ਨਹੀਂ ਰੋਕਿਆ, ਦਰਵਾਜ਼ਾ ਖੋਲ੍ਹਣ ਤੋਂ ਰੋਕਿਆ ਨਾ। ਦਰਵਾਜ਼ਾ ਨਹੀਂ ਖੋਲ੍ਹਾਂਗੇ, ਦਰਸ਼ਨ ਜ਼ਰੂਰ ਕਰ ਲਵਾਂਗੇ। ਬਾਬਾ ਜੀ ਦਰਵਾਜ਼ਾ ਖੋਲ੍ਹਾਂਗੇ ਨਹੀਂ, ਦਰਸ਼ਨ ਕਿਵੇਂ ਹੋਣਗੇ। ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ, ਅਸੀਂ ਨਵਾਂ ਰਾਹ ਬਣਾ ਲਵਾਂਗੇ ਨਵਾਂ। ਬਾਬਾ ਬੁੱਢਾ ਸਾਹਿਬ ਨੇ ਕਈ ਫੜੀ ਉਸ ਕੱਚੇ ਕੋਠੇ ਦੇ ਪਿਛਲੇ ਪਾਸੇ, ਬਾਬਾ ਜੀ ਨੇ ਉਸ ਕੰਧ ਵਿੱਚ ਪਾੜ ਪਾ ਕੇ ਸੰਨ ਲਾ ਦਿੱਤੀ। ਸੰਨ ਲਾ ਕੇ ਸੰਨ, ਅਤੇ ਬਾਬਾ ਬੁੱਢਾ ਸਾਹਿਬ ਆਪ ਇਕੱਲੇ ਅੰਦਰ ਗਏ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਕਾਂਤ ਚਿੱਤ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਹੋਏ ਸਨ, ਜਾਂ ਬਾਬਾ ਬੁੱਢਾ ਸਾਹਿਬ ਨੇ ਜਾ ਕੇ ਮੱਥਾ ਟੇਕਿਆ। ਜਦੋਂ ਬਾਬਾ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਅਤੇ ਗੁਰਦੇਵ ਦੇ ਨੇਤਰ ਖੁੱਲ੍ਹੇ, ਸਾਹਮਣੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਹੋਏ। ਅਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਕੇ ਕਹਿੰਦੇ, ਬਾਬਾ ਜੀ ਬਾਹਰ ਦਰਵਾਜ਼ੇ ਅੱਗੇ ਲਿਖਿਆ ਹੋਇਆ ਸਾਡਾ ਹੁਕਮ ਤੁਸੀਂ ਪੜ੍ਹਿਆ ਨਹੀਂ। ਬਾਬਾ ਬੁੱਢਾ ਸਾਹਿਬ ਕਹਿੰਦੇ, ਮਹਾਰਾਜ ਜ਼ਰੂਰ ਪੜ੍ਹੇ। ਅਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ, ਫਿਰ ਹੁਕਮ ਅਦੋਲੀ ਕਿਉਂ ਕੀਤੀ, ਹੁਕਮ ਕਿਉਂ ਨਹੀਂ ਮੰਨਿਆ। ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ, ਸਤਿਗੁਰੂ ਜੀ ਆਪ ਜੀ ਦਾ ਹੁਕਮ ਹੈ, ਦਰਵਾਜ਼ਾ ਨਹੀਂ ਖੋਲ੍ਹਣਾ, ਤੁਹਾਡਾ ਹੁਕਮ ਤਾਂ ਜੁਗੋ ਜੁਗੋ ਅਟਲ ਹੈ, ਪਾਤਸ਼ਾਹ ਕੌਣ ਟਾਲ ਸਕਦਾ। ਆ ਤੱਕੋ ਦਰਵਾਜ਼ਾ ਬੰਦ ਹੈ, ਮੈਂ ਨਵਾਂ ਰਸਤਾ ਬਣਾ ਕੇ ਇਸ ਪਾਸਿਓਂ ਸੰਨ ਲਾ ਕੇ ਤੁਹਾਡੇ ਦਰਸ਼ਨ ਕਰਨ ਲਈ ਅੰਦਰ ਆਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸੰਨ ਵੱਲੇ ਤੱਕਿਆ, ਅਤੇ ਫਿਰ ਬਾਬਾ ਬੁੱਢਾ ਸਾਹਿਬ ਵੱਲੇ ਵੇਖ ਕੇ ਮੁਸਕਰਾਏ, ਨਾਲੇ ਰਸਨਾ ਤੋਂ ਆਖਿਆ, ਬਾਬਾ ਜੀ ਤੁਹਾਡੇ ਵੀ ਚੋਜ ਨਿਆਰੇ ਨੇ, ਪਰ ਅਸੀਂ ਚਾਹੁੰਦੇ ਸਾਂ ਕੁਝ ਸਮਾਂ ਇਕਾਂਤ ਬਹਿ ਕੇ ਅਕਾਲ ਪੁਰਖ ਦਾ ਸਿਮਰਨ ਕਰਦੇ। ਜਿਹੜਾ ਬਚਨ ਬੇਨਤੀ ਦੇ ਰੂਪ ਵਿੱਚ ਬਾਬਾ ਬੁੱਢਾ ਸਾਹਿਬ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨਾਲ ਕੀਤਾ ਨਾ, ਅੱਜ ਅਸੀਂ ਉਹਦੇ ਭਾਵੇਂ ਕਿੱਡੇ ਵੱਡੇ ਸੰਭਾਲੀ ਬੈਠੇ ਹੋਈਏ, ਆਪਣੇ ਲੀਡਰ ਨੂੰ ਕਹਿਣ ਦੀ ਹਿੰਮਤ ਨਹੀਂ ਰੱਖਦੇ। ਜੇ ਹਿੰਮਤ ਰੱਖਦੇ ਹੁੰਦੇ ਨਾ, ਤਾਂ ਅੱਜ ਸਾਡੀ ਕੌਮ ਦਾ ਇਹ ਹਾਲ ਨਾ ਹੁੰਦਾ ਜਿਹੜਾ ਹੋ ਰਿਹਾ। ਮੇਰੇ ਨਾਲੋਂ ਤੁਸੀਂ ਬਹੁਤਾ ਜਾਣਦੇ ਹੋ ਕਿ ਕੌਮ ਨਾਲ ਕੀ ਹੋ ਰਿਹਾ, ਖਿਲਰੀ ਫਿਰਦੀ ਹੈ ਕੌਮ। ਸਤਿਕਾਰਯੋਗ ਸਾਧ ਸੰਗਤ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰਕੇ ਆਖਿਆ, ਸਤਿਗੁਰੂ ਜੀ ਇਹ ਸਮਾਂ ਇਕਾਂਤ ਬਹਿ ਕੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਦਾ ਨਹੀਂ, ਹੁਣ ਸਮਾਂ ਪਤਾ ਕਿਹੜਾ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਵੱਲੋਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਘਰ ਦੀਆਂ ਪਾਈਆਂ ਹੋਈਆਂ ਤੁਹਾਡੇ ਸਿਰ 'ਤੇ ਜ਼ਿੰਮੇਵਾਰੀਆਂ ਨਿਭਾਉਣ ਦਾ ਸਮਾਂ ਹੈ, ਇਕਾਂਤ ਬੈਠਣ ਦਾ ਸਮਾਂ ਨਹੀਂ। ਪ੍ਰਗਟ ਹੋਵੋ, ਗੁਰੂ ਕੀ ਸੰਗਤ ਨੂੰ ਦਰਸ਼ਨ ਦਿਓ, ਸੰਗਤ ਵਿਆਕੁਲ ਹੋਈ ਹੈ,
ਤੇ ਗੁਰੂ ਨਾਨਕ ਦੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲੋ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਇਆ ਦੇ ਘਰ ਵਿੱਚ ਆਏ ਤੇ ਕਹਿੰਦੇ ਖੋਲ੍ਹ ਦਿਓ ਦਰਵਾਜ਼ਾ। ਖੁੱਲ੍ਹ ਗਿਆ ਦਰਵਾਜ਼ਾ, ਸੰਗਤ ਗੁਰਦੇਵ ਦੇ ਦਰਸ਼ਨ ਕਰਨ ਵਾਸਤੇ ਅੰਦਰ ਆਈ। ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਮਨ ਨਿਹਾਲ ਹੋ ਰਹੇ ਨੇ ਸੰਗਤਾਂ ਦੇ, ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਕਰ ਕਮਲਾਂ ਨਾਲ ਲੱਗੀ ਹੋਈ ਸਨ ਵੱਲੇ ਨਜ਼ਰ ਪਾ ਕੇ ਵੇਖ ਰਹੇ, ਨਜ਼ਰ ਪਾ ਕੇ ਸਨ ਵੱਲੇ ਵੇਖ ਰਹੇ ਨੇ ਤੇ ਸਨ ਵੱਲੇ ਤੱਕਦੇ ਹੋਇਆਂ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਸੰਬੋਧਨ ਕਰਕੇ ਆਖਿਆ, ਬਾਬਾ ਜੀ ਆਹ ਜਿਹੜੀ ਸਨ ਤੁਹਾਡੇ ਕਰ ਕਮਲਾਂ ਨਾਲ ਲੱਗੀ ਆ ਨਾ, ਬੜੀ ਪਵਿੱਤਰ ਹੈ, ਬੜੀ ਪਵਿੱਤਰ ਹੈ। ਸਨ ਦੇ ਦੋ ਅਰਥ ਹੁੰਦੇ ਨੇ ਸਾਧ ਸੰਗਤ, ਇੱਕ ਸਨ ਉਹ ਹੁੰਦੀ ਹੈ ਜਿਹੜੀ ਚੋਰ ਲਾਉਂਦਾ ਹੈ, ਘਰ ਸਾਰਾ ਪਰਿਵਾਰ ਸੁੱਤਾ ਹੁੰਦਾ ਹੈ ਅਤੇ ਸਨ ਵਿੱਚੋਂ ਲੰਘ ਕੇ ਚੋਰ ਚੋਰੀ ਕਰਕੇ ਚਲਾ ਜਾਂਦਾ ਹੈ, ਉਹਨੂੰ ਵੀ ਸਨ ਆਖਿਆ ਜਾਂਦਾ ਜਿਹਦੇ ਵਿੱਚੋਂ ਚੋਰ ਲੰਘਦਾ ਹੈ। ਜਿਹੜੀ ਸਨ ਬਾਬਾ ਬੁੱਢਾ ਸਾਹਿਬ ਨੇ ਲਾਈ ਇਹਦਾ ਅਰਥ ਕੋਈ ਹੋਰ ਹੈ। ਸਨ ਦਾ ਅਰਥ ਹੁੰਦਾ ਦੂਰੀ। ਪ੍ਰਾਰਥਨ ਸਮੇਂ ਅੰਦਰ ਜਦੋਂ ਗੁਰਸਿੱਖ ਗੱਲ ਕਰਿਆ ਕਰਦੇ ਸੀ ਨਾ, ਉਦੋਂ ਗੱਲ ਕਰਿਆ ਕਰਦੇ ਸਨ ਫਲਾਣੇ ਪਿੰਡ ਤੋਂ ਫਲਾਣਾ ਪਿੰਡ ਹੈ, ਕਿੰਨੀ ਕੁ ਸਨ ਉੱਤੇ ਹੈ, ਕਿੰਨੀ ਕੁ ਵਿੱਥ ਉੱਤੇ ਹੈ, ਕਿੰਨੀ ਕੁ ਦੂਰੀ ਉੱਤੇ ਹੈ। ਸਨ ਦਾ ਅਰਥ ਹੁੰਦਾ ਦੂਰੀ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਬਾਬਾ ਜੀ ਜਿਹੜੀ ਸਨ ਤੁਹਾਡੇ ਕਰ ਕਮਲਾਂ ਨਾਲ ਲੱਗੀ ਹੈ ਨਾ, ਇਹ ਉਹ ਸਨ ਹੈ ਜਿਹੜੀ ਸਨ ਨੇ ਗੁਰੂ ਅਤੇ ਗੁਰੂ ਕੇ ਸਿੱਖਾਂ ਦੀ ਦੂਰੀ ਨੂੰ ਮਿਟਾ ਕੇ ਗੁਰੂ ਅਤੇ ਗੁਰੂ ਦੇ ਸੰਗਤ ਦਾ ਮਿਲਾਪ ਕਰਾ ਦਿੱਤਾ। ਇਸ ਕਰਕੇ ਸੰਗਤ ਇਹ ਸਨ ਬੜੀ ਪਵਿੱਤਰ ਹੈ ਅਤੇ ਬਾਬਾ ਜੀ ਜਿਹੜਾ ਇਸ ਸਨ ਵਿੱਚੋਂ ਇੱਕ ਵਾਰ ਲੰਘ ਜਾਏਗਾ ਨਾ, ਉਹਦਾ ਜਨਮ ਮਰਨ ਦਾ ਗੇੜ ਹੀ ਕੱਟਿਆ ਜਾਏਗਾ, ਚੁਰਾਸੀ ਮੁੱਕ ਜਾਏਗੀ। ਸਨ ਬੀਚ ਨਰ ਜੋ ਲੱਖ ਜਾਵੇ, ਸੋ ਨਰ ਜੰਮ ਕੇ ਪੰਥ ਨਾ ਪਾਵੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਬੋਧਨ ਕਰਕੇ ਉਸ ਸਨ ਵੱਲੇ ਵੇਖ ਕੇ ਸਨ ਉੱਤੇ ਵਿੱਚੋਂ ਲੰਘਣ ਵਾਲਿਆਂ ਨੂੰ ਜੋ ਜੋ ਬਖਸ਼ਿਸ਼ਾਂ ਕਰ ਰਹੇ ਨੇ, ਉਸ ਵਕਤ ਦਾ ਨਕਸ਼ਾ ਢੰਡ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਇਉਂ ਬਿਨੇ ਕਰ। ਸੱਚੇ ਪਾਤਸ਼ਾਹ ਤੇਰੇ ਦਰਬਾਰ ਅੰਦਰ ਸਿਰ ਝੁਕਦਾ ਸਾਰੇ ਸੰਸਾਰ ਦਾ ਹੈ, ਕੋਈ ਦੁੱਧ ਮੰਗੇ ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ, ਕੋਈ ਦਰ ਤੋਂ ਹਿਰਦੇ ਠਾਰਦਾ ਹੈ, ਚਰਨ ਧੂੜ ਮੱਥੇ ਦੇ ਨਾਲ ਲਾ ਕੇ ਤੇਰੇ ਦਰ ਤੋਂ ਜਨਮ ਸੁਵਾਰਦਾ ਹੈ। ਜਨਮਾਂ ਜਨਮਾਂ ਦੀ ਲੱਥ ਜੇ ਮੈਲ ਦਿਲ ਤੋਂ ਰਸੂਲਪੁਰੀ ਵੀ ਇਹੋ ਪੁਕਾਰਦਾ ਹੈ, ਰਸੂਲਪੁਰੀ ਵੀ ਇਹੋ ਪੁਕਾਰਦਾ ਹੈ। ਹੋ ਹੋ ਹੋ
ਲੰਘ ਜਾਵੇਗਾ, ਸਾਨ ਵਿੱਚੋਂ ਦੀ ਜਿਹੜਾ ਵੀ ਲੰਘ ਜਾਵੇਗਾ, ਝੂਠ ਚੁਰਾਸੀ ਵਾਲਾ ਕੇੜ ਮਕਾਵੇਗਾ, ਸੰਗਤ ਜੀ ਝੂਠ ਚੁਰਾਸੀ ਵਾਲਾ ਕੇੜ ਮਕਾਵੇ। ਸਨ ਵੇਖ ਕੇ ਅਮਰਦਾਸ ਗੁਰ ਮੁਕਤ ਇੰਜ ਫੁਰਮਾਇਆ, ਕੀਤੀ ਹੁਕਮ ਤਮੀਲ ਤੁਸਾਨੇ ਨਹੀਂ ਹੁਕਮ ਉਲਟਾਇਆ, ਸਨ ਵੇਖ ਕੇ ਅਮਰਦਾਸ ਗੁਰ ਮੁਕਤ ਇੰਜ ਫੁਰਮਾਇਆ, ਕੀਤੀ ਹੁਕਮ ਤਮੀਲ ਤੁਸਾਨੇ ਨਹੀਂ ਹੁਕਮ ਉਲਟਾਇਆ, ਵਰਦ ਵਿੱਚ ਸ਼ਰਾਬ ਬਦਲ ਆ ਜਾਵੇਗਾ, ਉਹਦੇ ਪਾਪ ਜਾਣ ਕੇ ਧੋਤੇ ਜੋ ਵੀ ਸਦਾਰੀਆਂ ਵੇ, ਆਓ ਬੈਠੇ ਆਦਰ ਸ਼ਬ ਦੇਊ ਨਾਚ ਮਹਾਰਾਜ ਡਰਾਵੇ, ਉਹਦੇ ਪਾਪ ਜਾਣ ਕੇ ਧੋਤੇ ਜੋ ਵੀ ਸਦਾਰੀਆਂ ਵੇ, ਆਓ ਬੈਠੇ ਆਦਰ ਸ਼ਬ ਦੇਊ ਨਾਚ ਮਹਾਰਾਜ ਡਰਾਵੇ, ਉਜਲਮ ਕੁੜਾ ਲੈ ਕੇ ਜਗ ਤੂੰ ਜਾਵੇਗਾ, ਜੋ ਚਰਾਸੀ ਵਾਲਾ ਗੇੜ ਮੁਕਾਵੇ, ਮਕਾਵੇਗਾ।
ਗੁਰੂ ਨਾਨਕ ਨੇ ਨਜ਼ਰ ਮੇਰ ਦੀ ਤੁਹਾਡੇ ਉੱਪਰ ਪਾਈ। ਤੇਥੇ ਓਲੇ ਕਦੇ ਨਾ ਹੋ ਸਾ, ਤੇਥੋਂ ਓਲੇ ਕਦੇ ਨਾ ਹੋ ਸਾ, ਮੈਂ ਤੇਥੋਂ ਓਲੇ ਕਦੇ ਨਾ ਹੋ ਸਾ। ਬਖਸ਼ੀ ਗੁਰ ਵਡਿਆਈ, ਬਖਸ਼ੀ ਗੁਰ ਵਡਿਆਈ, ਦੀ ਸੇਵਕ ਮਾਵੇਗਾ ਜੂਝ ਰਸੀ ਵਾਲਾ ਗੇੜ ਮਕਾਵੇਗਾ। ਭਗਤ ਜੀ ਜੂਝ ਰਸੀ ਵਾਲਾ ਗੇੜ ਮਕਾਵੇਗਾ। ਦਾਨ ਮਿਲੇਗਾ ਇਸ ਦਰ ਤੋਂ, ਬਣ
ਕੇ ਆਏ ਨਿਤਾਣਾ ਮਨ ਮਿਲੇਗਾ ਉਸ ਨੂੰ ਜਿਹੜਾ ਬਣ ਕੇ ਆਏ ਨਿਮਾਣਾ ਮੌਜੀ ਲਿਖਦਾ ਮੌਜੀ ਲਿਖਦਾ ਜਥਾ ਟੰਡ ਦਾ ਗਾਵੇਗਾ ਚੁਰਾਸੀ ਵਾਲਾ ਗੇੜ ਮਕਾਵੇਗਾ ਭਗਤ ਜੀ ਚੁਰਾਸੀ ਵਾਲਾ ਗੇੜ ਮਕਾਵੇ ਬਖਸ਼ਿਸ਼ਾਂ ਕੀਤੀਆਂ ਸਨ ਉੱਤੇ ਜਿਹੜਾ ਸਨ ਵਿੱਚੋਂ ਲੰਘ ਜਾਏਗਾ 84 ਕੱਟੀ ਜਾਏਗੀ ਸੰਗਤ ਜੀ ਹੁਣ ਉਹ ਕੱਚਾ ਕੋਠਾ ਨਹੀਂ ਰਿਹਾ ਅਤੇ ਸਨ ਵੀ ਕੱਚੀ ਨਹੀਂ ਰਹੀ ਕਾਰ ਸੇਵਾ ਵਾਲੇ ਮਹਾਂਪੁਰਸ਼ ਸੱਚਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਇਸ ਕੱਚੇ ਕੋਠੇ ਵਿੱਚ ਲੱਗੀ ਹੋਈ ਸਨ ਨੂੰ ਬੜੇ ਸੁਚੱਜੇ ਤਰੀਕੇ ਨਾਲ ਸੰਭਾਲ ਕੇ ਸਿੱਖ ਜਗਤ ਵਾਸਤੇ ਇੱਕ ਤੀਰਥ ਬਣਾ ਦਿੱਤਾ ਹੈ ਉਹਦਾ ਨਾਂ ਹੈ ਗੁਰਦੁਆਰਾ ਸੰਨ ਸਾਹਿਬ ਬਾਸਰ ਕੇ ਗਿੱਲਾਂ ਅੱਜ ਵੀ ਜਦੋਂ ਕੋਈ ਗੁਰੂ ਕਾ ਸਿੱਖ ਉਹ ਸੰਨ ਵਿੱਚੋਂ ਲੰਘਦਾ ਹੈ ਨਾ ਅਤੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਰਸ਼ਨ ਹੁੰਦਾ ਹੈ ਐਂ ਮਹਿਸੂਸ ਹੁੰਦਾ ਜਿਵੇਂ ਸਿੱਖ ਲੰਘ ਕੇ ਗੁਰੂ ਅਮਰਦਾਸ ਦੇ ਦਰਸ਼ਨ ਕਰ ਰਿਹਾ ਹੋਵੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਉਸੇ ਘੋੜੀ ਉੱਤੇ ਸੰਗਤ ਨੇ ਬਿਠਾ ਲਿਆ ਫਿਰ ਉਸੇ ਤਰ੍ਹਾਂ ਸ਼ਬਦ ਬਾਣੀ ਪੜ੍ਹਦੇ ਹੋਏ ਗੋਇੰਦਵਾਲ ਸਾਹਿਬ ਚਲੇ ਗਏ ਨਿਯਤ ਸਮਾਂ ਸਮਾਪਤ ਹੈ ਵਿਚਾਰਾਂ ਕਰਦੇ ਇੱਕ ਨਹੀਂ ਬਹੁਤ ਸਾਰੀਆਂ ਤਰੁੱਟੀਆਂ ਭੁੱਲਾਂ ਅਤੇ ਗਲਤੀਆਂ ਕਰ ਗਏ ਹੋਵਾਂਗੇ ਸਤਿਕਾਰਯੋਗ ਸਤਿਗੁਰੂ ਜੀ ਅਤੇ ਸਤਿਕਾਰਯੋਗ ਗੁਰੂ ਕੀ ਸੰਗਤ ਬਖਸ਼ਣਯੋਗ ਬਖਸ਼ ਦਿਓ ਗੁਰਦੇਵ ਦੇ ਚਰਨਾਂ 'ਚ ਅਰਦਾਸ ਕਰਿਓ ਸਤਿਗੁਰੂ ਕਿਰਪਾ ਕਰਨ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਵਾਲੀ ਬਖਸ਼ਿਸ਼ ਸਤਿਗੁਰੂ ਜੀ ਕਰਦੇ ਰਹਿਣ ਅਤੇ ਤੁਹਾਡੇ ਵਰਗੇ ਗੁਰਸਿੱਖਾਂ ਦੇ ਦਰਸ਼ਨ ਸੰਗਤ ਦੇ ਰੂਪ ਵਿੱਚ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਰਦੇ ਰਹੇ ਸਤਿਗੁਰੂ ਜੀ ਦਾ ਗੁਰੂ ਕੀ ਸਾਰੀ ਸੰਗਤ ਦਾ ਪ੍ਰਬੰਧਕ ਮੈਨੇਜਮੈਂਟ ਦਾ ਸਾਊਂਡ ਵਾਲੇ ਮੇਰੇ ਵੀਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਸੈਟਿੰਗ ਕੀਤੀ ਹੈ ਕੇਵਲ ਅੱਜ ਨਹੀਂ ਸਦਾ ਹੀ ਜਿੱਥੇ ਵੀ ਇਹਨਾਂ ਦਾ ਸਾਊਂਡ ਲੱਗਦਾ ਹੈ ਧੰਨ ਧੰਨ ਕਰਾ ਦਿੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਸਾਊਂਡ ਦੀ ਸੈਟਿੰਗ ਕਰਦੇ ਨੇ ਵੀਰ ਕਾਬਲ ਸਾਊਂਡ ਉਹਨਾਂ ਦਾ ਆਹ ਮੀਡੀਏ ਵਾਲੇ ਮੇਰੇ ਵੀਰ ਦਾ ਜਿਨ੍ਹਾਂ ਨੇ ਤੁਹਾਡਾ ਅੱਜ ਦਾ ਪ੍ਰੋਗਰਾਮ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾ ਦਿੱਤਾ ਹੈ ਲਾਈਵ ਪੰਜਾਬ ਟਵੰਟੀ ਹੋਰ ਇਹ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚ ਗਿਆ ਤੁਹਾਡਾ ਪ੍ਰੋਗਰਾਮ ਜਦੋਂ ਤੁਹਾਡਾ ਦਿਲ ਕਰੇ ਉਦੋਂ ਹੀ ਸੁਣ ਲਓ ਸਾਰਾ ਜੋੜ ਮੇਲਾ ਵੇਖ ਸਕਦੇ ਹੋ ਕੇਵਲ ਅੱਜ ਹੀ ਨਹੀਂ ਜਦੋਂ ਦਿਲ ਕਰੇ ਉਦੋਂ ਹੀ ਵੀਰ ਹੀਰਾ ਸਿੰਘ ਜੀ ਮਨਿਆਲਾ ਪ੍ਰਚਾਰਕ ਜਿਨ੍ਹਾਂ ਨੇ ਗੁਰੂ ਕੀ ਸੰਗਤ ਦਾ ਹੁਕਮ ਦਾਸ ਤੱਕ ਪਹੁੰਚਾ ਕੇ ਤੁਹਾਡੇ ਦਰਸ਼ਨ ਕਰਵਾਏ ਉਹਨਾਂ ਦਾ ਵੀ ਧੰਨਵਾਦ ਮੇਰੇ ਤੋਂ ਪਹਿਲਾਂ ਮੇਰੀ ਕੌਮ ਦਾ ਮਹਾਨ ਕਵੀਸ਼ਰ ਜਥਾ ਗਿਆਨੀ ਸਤਨਾਮ ਸਿੰਘ ਜੀ ਬੱਲੋਵਾਲ ਉਹ ਆਪ ਜੀ ਨਾਲ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕਰ ਰਹੇ ਸਨ ਬੜੇ ਸੁਚੱਜੇ ਤਰੀਕੇ ਨਾਲ ਉਹਨਾਂ ਨੇ ਗੁਰੂ ਜਸ ਕੀਤਾ ਹੈ ਬਹੁਤ ਸਾਰੀ ਮਾਇਆ ਦੇ ਕੇ ਸਾਰਾ ਜਥਾ ਨਿਵਾਜ ਕੇ ਗਿਆ ਹੈ ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ ਜਿਹੜਾ ਜਥਾ ਮੇਰੇ ਤੋਂ ਬਾਅਦ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਮੇਰੇ ਸਤਿਕਾਰਯੋਗ ਪੰਥ ਦਾ ਚੜ੍ਹਦੀ ਕਲਾ ਵਾਲਾ ਕਵੀਸ਼ਰ ਜਥਾ ਗਿਆਨੀ ਵਰਿਆਮ ਸਿੰਘ ਜੀ ਸਭਰਾ ਉਹਨਾਂ ਦੇ ਵੀ ਸਾਰੇ ਜਥੇ ਵੱਲੋਂ ਇਤਿਹਾਸ ਦੇ ਮਾਣ ਅੰਦਰ ਢਾਡੀ ਜਥੇ ਨੂੰ ਬਤੌਰੇ ਪਿਆਰ ਅਸੀਸ ਮਾਇਆ ਹਾਜ਼ਰ ਹੈ ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ ਮੇਰੇ ਸਾਹਮਣੇ ਬੈਠੇ ਨੇ ਜਿਸ ਘਰ ਵਿੱਚੋਂ ਮੈਨੂੰ ਇਹ ਦਾਤ ਮਿਲੀ ਅਤੇ ਮੈਂ ਤੁਹਾਡੇ ਸਾਹਮਣੇ ਗੁਰੂ ਦੀ ਹਜ਼ੂਰੀ ਵਿੱਚ ਖਲੋਣ ਦੇ ਯੋਗ ਹੋਇਆ ਗੁਰਪ੍ਰਵਾਸੀ
ਗਿਆਨੀ ਗੁਰਮੇਜ ਸਿੰਘ ਜੀ ਬਾਦਲ ਆਪਣੇ ਸਮੇਂ ਦੇ ਰੁਸਤਮ ਸਨ। ਕਿਹੜੀ ਸਟੇਜ ਆ, ਜਿਹੜੀ ਸਟੇਜ ਉੱਤੇ ਉਹਨਾਂ ਨੇ ਜਾ ਕੇ ਗੁਰੂ ਕੇ ਸੰਗਤ ਦੇ ਦਰਸ਼ਨ ਨਾ ਕੀਤੇ ਹੋਣ, ਕਿਹੜੀ ਸਟੇਜ ਆ ਜਿਹੜੀ ਸਟੇਜ ਉੱਤੇ ਗੁਰਮੇਜ ਸਿੰਘ ਬਾਦਲ ਦੀ ਆਵਾਜ਼ ਨਾ ਗੂੰਜੀ ਹੋਵੇ। ਉਹਨਾਂ ਦੇ ਸਪੁੱਤਰ ਗਿਆਨੀ ਰਣਜੀਤ ਸਿੰਘ ਜੀ ਬਾਦਲ ਉਹ ਵੀ ਆਏ ਨੇ। ਮੈਂ ਧੰਨਵਾਦ ਕਰਦਾ, ਹੋਈਆਂ ਭੁੱਲਾਂ ਨਜ਼ਰ ਅੰਦਾਜ਼ ਕਰਨੀਆਂ। ਸਾਡੇ ਤੋਂ ਪਹਿਲਾਂ ਜਿਹੜੀਆਂ ਛੋਟੀਆਂ ਬੱਚੀਆਂ ਗੁਰੂ ਕਾ ਜਸ ਤੁਹਾਡੇ ਨਾਲ ਸਾਂਝਾ ਕੀਤਾ ਸੀ, ਉਹਨਾਂ ਬੱਚਿਆਂ ਵੱਲੋਂ ਵੀ ਇਤਿਹਾਸ ਦੇ ਮਾਣ ਵਿੱਚ ਮਾਇਆ ਹਾਜ਼ਰ ਹੈ। ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਨ, ਉਹਨਾਂ ਬੱਚਿਆਂ ਨੂੰ ਬਲ ਬਖਸ਼ਣ, ਉਹ ਕਵੀ ਸ਼੍ਰੀ ਦੀਆਂ ਬੁਲੰਦੀਆਂ ਨੂੰ ਛੋ ਸਕਣ। ਹੁਣ ਹੋਈਆਂ ਭੁੱਲਾਂ ਦੀ ਗਲਤੀਆਂ ਦੀ ਖਿਮਾ ਮੰਗਦੇ ਹਾਂ। ਪਿਆਰ ਦਾ ਸਬੂਤ ਅਤੇ ਆਸ਼ੀਰਵਾਦ ਦੀ ਦਾਤ ਫਤਿਹ ਦੇ ਸਿਮਰਨ ਦੇ ਨਾਲ ਬਖਸ਼ੋ ਅਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।